ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਕਬੀਰ ਕੁਕਰ ਰਾਮ ਕੋ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਗਲੇ ਹਮਾਰੇ ਜੇਵਰੀ ਜਹ ਖਿੰਜੈ ਤਹ ਜਾਓ ਲਿਖ ਵਿੱਚ ਲਾ ਲਈ ਸਾਈਆਂ ਲਿਖ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖ ਲਿਖ ਵਿੱਚ ਲਾ ਲਈ ਹਾਂ ਲਿਖ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖ ਜੀ ਜਨਮ ਕੁਮਾਰ ਲਿਖ ਵਿੱਚ ਲਾ ਲਈ ਪਿਆਰੇ ਜਨਮ ਕੁਮਾਰੇ ਲਿਖ
ਪਿਆ ਪੀਸ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜ ਹਮ ਵਲ ਵਲ ਜਾਓ ਰਮਈਆ ਕਾਰਨ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਾਧੋ ਜਨਮ ਤੁਮਾਰੇ ਲਿਖ ਬਹੁਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਤੇਰ ਪਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਰਸੇ ਕਦੋਂ ਆਵੇਗੀ ਗਰੀਬਾਂ ਵਾਲੀ ਵੱਡੇ ਵੱਡੇ ਪਾਪੀ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਇਹ ਫਿਰ ਗੁਰਭਾਸ ਨਾ ਭਰਿਆ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਵਾਹਿਗੁਰੂ
ਕੋਈ ਰਸਨਾ ਮਾਂਜੀ ਨਾ ਰਵੇ, ਸਾਰੇ ਬੋਲੋ ਜੀ। ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਬੈਠੋ, ਸਾਰੇ ਬੋਲੋ। I'm gonna make it right.
सारी संगत जपो ਕੀ ਗੁਨਾਹ ਨੇ
ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਤਿਸੰਗ ਜੀ, ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਹੇ, ਇੱਕ ਵਾਰੀ ਸਾਰੇ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਭ ਦੇ ਭਾਗ ਬੜੇ ਚੰਗੇ ਨੇ, ਸਤਿਗੁਰੂ ਜੀ ਤੁਰਠੇ ਨੇ, ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਜੋ ਸਾਨੂੰ ਸਾਰਿਆਂ ਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਹੈ, ਉਦਮ ਬਖਸ਼ਿਆ ਹੈ, ਪ੍ਰਸ਼ਾਰਥ ਬਖਸ਼ਿਆ ਹੈ। ਸਤਿਗੁਰੂ ਦੇ ਚਰਨਾਂ 'ਚ ਚੱਲ ਕੇ ਆਏ, ਲਿਆਉਣ ਵਾਲੇ ਸਤਿਗੁਰੂ ਜੀ ਨੇ ਕਿਰਪਾ ਕਰਦੇ ਨੇ, ਵਿੱਚ ਵਰਤਦੇ ਨੇ। ਜਦੋਂ ਭਾਗ ਜਾਗਣ ਨਾ ਗੁਰਮੁਖੋ, ਫਿਰ ਆਪਣੇ ਆਪ ਹੀ ਚੰਗੇ ਪਾਸੇ ਵੱਲ ਤੁਰਨਾ ਮਨੁੱਖ ਸ਼ੁਰੂ ਹੋ ਜਾਂਦਾ ਹੈ, ਸੰਗਤ ਵਿੱਚ ਜਾਣ ਲੱਗ ਜਾਏਗਾ, ਗੁਰਮੁਖਾਂ ਵਿੱਚ ਬਹਿਣ ਲੱਗ ਜਾਏਗਾ, ਚੰਗਿਆਂ ਦੀ ਸੰਗਤ ਕਰਨ ਲੱਗ ਜਾਏਗਾ। ਜਦੋਂ ਬੰਦਾ ਇੱਧਰ ਨੂੰ ਲੱਗਾ ਨਜ਼ਰ ਆਵੇ ਵੀ ਇਹ ਹੁਣ ਗੁਰਮੁਖਾਂ 'ਚ ਬਹਿੰਦਾ ਹੈ, ਰੰਗਿਆਂ 'ਚ ਬਹਿੰਦਾ ਹੈ, ਪਾਠ ਭਜਨ ਕਰਨ ਵਾਲਿਆਂ 'ਚ ਬਹਿੰਦਾ, ਸੱਚੇ ਬੰਦਿਆਂ 'ਚ ਬਹਿੰਦਾ ਹੈ, ਤਾਂ ਸਮਝ ਲੈਣਾ ਚਾਹੀਦਾ ਵੀ ਰੱਬ ਦੀ ਮਿਹਰ ਹੋ ਰਹੀ ਹੈ, ਬਖਸ਼ਿਸ਼ ਵਰਤ ਰਹੀ। ਹੌਲੀ ਹੌਲੀ ਮਹਾਰਾਜ ਜੋੜ ਲੈਣਗੇ, ਜੇ ਉਹ ਗੁਰਮੁਖਾਂ ਨਾਲ ਜੁੜ ਗਿਆ ਤਾਂ ਗੁਰੂ ਨਾਲ ਜੁੜ ਜਾਏਗਾ, ਅਤੇ ਜੇ ਮਨਮੁੱਖਾਂ 'ਚ ਬਹਿਣਾ ਸ਼ੁਰੂ ਹੋ ਗਿਆ, ਸ਼ਰਾਬੀਆਂ ਦੀ ਸੰਗਤ ਵਿੱਚ ਜਾਣ ਲੱਗ ਪਿਆ ਹੈ, ਤੰਬਾਕੂ ਖਾਣ ਵਾਲਿਆਂ ਦੀ ਸੰਗਤ ਵਿੱਚ ਜਾਣ ਲੱਗ ਪਿਆ ਹੈ, ਝੂਠਿਆਂ 'ਚ ਬਹਿਣ ਲੱਗ ਪਿਆ ਹੈ, ਇੱਥੋਂ ਫਿਰ ਪਤਾ ਲੱਗ ਜਾਂਦਾ ਵੀ ਮਾੜੇ ਕਰਮ ਸ਼ੁਰੂ ਹੋ ਗਏ ਨੇ, ਮਾੜੇ ਦਿਨ ਆਉਣੇ ਸ਼ੁਰੂ ਹੋ ਗਏ, ਅਤੇ ਸੰਗਤ ਕਰਦਿਆਂ ਕਰਦਿਆਂ ਹੀ ਮਨ ਨੂੰ ਨਾਮ ਦੀ ਰੰਗਤ ਚੜ੍ਹਦੀ ਹੈ, ਅਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਭਾਗ ਜਾਗਦੇ ਨੇ, ਫਿਰ ਸਾਧ ਸੰਗਤ ਵਿੱਚ ਆਇਆ ਜਾਂਦਾ ਹੈ। ਸਾਨੂੰ ਮਹਾਰਾਜ ਸਾਹਿਬ ਜੀ ਨੇ ਉਦਮ ਬਖਸ਼ਿਆ, ਆਪ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਅਤੇ ਵਿੱਚ ਵਰਤ ਕੇ ਲੈ ਕੇ ਆਏ, ਅਤੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਆਹ ਧਾਰਨਾ ਬਹੁਤ ਪੜ੍ਹਦੇ ਹੁੰਦੇ ਸੀ। ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗਤ ਬਿਨਾ ਮੈਲ ਭਰ ਭਰ ਜਾਂਦੀ, ਸੰਗਤ ਬਿਨਾ ਮਨ ਮੈਲਾ ਹੋ ਜਾਂਦਾ, ਬਿਨ ਸੰਗਤ ਮੈਲ ਪੂਰੀ ਜੈ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗਤ ਮੈਲ ਪੂਰੀ ਜੈ, ਸੰਗਤ ਮੈਲ ਪੂਰੀ ਜੈ, ਕਰ ਲੈ ਮਨਾ
कर ले मना चित लागे सत संगत मेला दो कड़िया सत संगत मेला दो कड़िया कर ले मना चित लागे संगत मेला दो कड़िया सत संगत मेला दो कड़िया कर ले मना चित लागे सत संगत मेला दो कड़िया संगत में ला दो कड़िया सत संगत में ला दो कड़िया ਸੰਗਤ ਦਾ ਸਮਾਂ ਭਾਗਾਂ ਨਾਲ ਮਿਲਦਾ ਹੈ ਵਡਭਾਗੀ ਹਰ ਸੰਗਤ ਪਾਵੇ ਭਾਗਾਂ ਵਾਲਿਆਂ ਨੂੰ ਸੰਗਤ ਮਿਲਦੀ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਪੁਰੀ ਜਾਏ ਵਡਭਾਗੀ ਸਾਧ ਸੰਗ ਪ੍ਰਾਪਤ ਵੱਡੇ ਭਾਗਾਂ ਨਾਲ ਸਾਧ ਸੰਗਤ ਮਿਲਦੀ ਹੈ ਤਿੰਨ ਭੇਟਤ ਦੁਰਮਤ ਖੋਈ ਜਿਸ ਦੇ ਮਿਲਣ ਕਰਕੇ ਦੁਰਮਤ ਨਾਸ਼ ਹੋ ਜਾਂਦੀ ਮਾੜੀ ਮਤ ਖਤਮ ਹੋ ਜਾਂਦੀ ਜਦੋਂ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਨਾਮ ਵਸ ਜਾਏਗਾ ਸੰਗਤ ਦੀ ਅਸੀਸ ਮਿਲੇਗੀ ਸਤਿਗੁਰੂ ਕਿਰਪਾ ਕਰਨਗੇ ਫਿਰ ਜੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਗਿਆ ਉਹਨਾਂ ਸਤਸੰਗੀਆਂ ਦੀ ਬਾਬਤ ਮਹਾਰਜ ਕਹਿੰਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਵੰਸ਼ ਹੈ ਜਿਨ ਹਰ ਨਾਮ ਹਿਰਦੇ ਪਰੋਈ ਜਿਨ੍ਹਾਂ ਨੇ ਨਾਮ ਹਿਰਦੇ 'ਚ ਪਰੋ ਲਿਆ ਉਹਨਾਂ ਦੀ ਧੂੜ ਮਿਲ ਜਾਏ ਮੇਰਾ ਵੀ ਭਲਾ ਹੋ ਜਾਏ ਅਤੇ ਨਾਮ ਸਿੱਧਾ ਹੀ ਨਹੀਂ ਪਰੋਇਆ ਜਾਂਦਾ ਐਵੇਂ ਹੀ ਸੰਗਤ ਐਵੇਂ ਹੀ ਨਹੀਂ ਵੀ ਸਿੱਧਾ ਹੀ ਨਾਮ ਹਿਰਦੇ 'ਚ ਵਸ ਜਾਂਦਾ ਆ ਕੇ ਇਹ ਤਾਂ ਸਾਧ ਸੰਗਤ ਦੀ ਅਸੀਸ ਵਿੱਚ ਬੜੀ ਵੱਡੀ ਤਾਕਤ ਸੰਗਤ ਦੀ ਅਸੀਸ ਲੈਣੀ ਜਿਵੇਂ ਬੀਬੀਆਂ ਮਾਈਆਂ ਪਾਉਂਦੀਆਂ ਨੇ ਨਾ ਬੱਚੀਆਂ ਨੂੰ ਵਿਆਹ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਜਿਵੇਂ ਬੱਚੀ ਨੂੰ ਮਾਈਏ ਪਾਇਆ ਜਾਂਦਾ ਲੜਕੀ ਨੂੰ ਮਾਈਏ ਪਾਇਆ ਜਾਂਦਾ ਉਹਦੇ ਵਿਆਹ ਤੋਂ ਪਹਿਲਾਂ ਇਸੇ ਤਰ੍ਹਾਂ ਕਹਿੰਦੇ ਸਾਹਾ ਲਿਖਿਆ ਹੋਇਆ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿੱਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਪਹੁੰਚਾ ਸਾਹੇ ਚਿੱਠੀ ਕਈ ਥਾਵਾਂ ਉੱਤੇ ਇੱਕ ਭੋਚਾ ਸ਼ਬਦ ਵਰਤਿਆ ਜਾਂਦਾ ਵੀ ਫਲਾਣੇ ਦੇ ਘਰ ਭੋਚਾ ਚੱਲਿਆ ਗਿਆ ਲੜਕੀ ਦਾ ਭੋਚਾ ਉਹਨੂੰ ਕਈ ਥਾਵਾਂ 'ਤੇ ਸਾਹੇ ਚਿੱਠੀ ਕਹਿੰਦੇ ਨੇ ਕਈ ਥਾਵਾਂ 'ਤੇ ਭੋਚਾ ਕਹਿੰਦੇ ਨੇ ਜਿਹਦੇ 'ਚ ਗੁੜ ਵਗੈਰਾ ਹੁੰਦਾ ਹੈ ਇੱਕ ਚਿੱਠੀ ਲਿਖੀ ਹੋਈ ਹੁੰਦੀ ਹੈ ਵੀ ਇਸ ਦਿਨ ਤੁਸੀਂ ਸਾਡੇ ਘਰ ਬਰਾਤ ਲੈ ਕੇ ਆਉਣਾ ਇੱਦਾਂ ਚਿੱਠੀ ਲਿਖੀ ਹੁੰਦੀ ਹੈ ਕਹਿੰਦੇ ਘਰ ਘਰ ਹੀ ਭੋਚੇ ਆ ਰਹੇ ਨੇ ਘਰ ਘਰ ਹੀ ਸੱਦੇ ਪੈ ਰਹੇ ਨੇ ਉਹ ਭੋਚਾ ਤਾਂ ਉਸ ਘਰ ਜਾਣਾ ਹੀ ਨਹੀਂ ਜਿਹਦੇ ਘਰ ਔਲਾਦ ਨਹੀਂ ਹੋਈ ਜਿਹਦੇ ਘਰ ਬੱਚਾ ਨਹੀਂ ਹੋਇਆ ਉਹਦੇ ਘਰ ਸਾਹੇ ਚਿੱਠੀ ਆਉਣੀ ਨਹੀਂ ਸਾਹੇ ਚਿੱਠੀ ਜਾਣੀ ਵੀ ਨਹੀਂ ਪਰ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਵੀ ਆਹ ਭੋਚੇ ਆ ਸਾਹੇ ਚਿੱਠੀਆਂ ਤੇ ਹਰੇਕ ਘਰ ਹੀ ਆਉਣੀਆਂ ਨੇ ਆਖੋ ਸਤਨਾਮ ਘਰ ਘਰ ਇਹੋ ਪਹੁੰਚਾ ਪਹੁੰਚਾ ਭਾਵ ਕੇ ਸਾਹੇ ਚਿੱਠੀ ਭੋਚਾ ਆਏਗਾ ਸੱਦੜੇ ਨਿੱਤ ਪਵਨ ਨਿੱਤ ਸੱਦੇ ਪੈਰ ਆ ਰਹੇ ਨੇ ਵੀ ਤੂੰ ਆ ਜਾ ਹੁਣ ਤੂੰ ਆ ਜਾ ਹੁਣ ਤੂੰ ਆ ਜਾ ਨਿੱਤ ਸੱਦੇ ਸੱਦਣ ਹਾਰਾ ਸਿਮਰੀਏ ਉਹਨੂੰ ਯਾਦ ਕਰੀਏ ਇੱਕ ਦਿਨ ਉਹਦੇ ਕੋਲ ਜਾਣਾ ਨਾਨਕ ਸੇ ਦੇਹ ਅਵਨ ਉਹ ਦਿਨ ਆ ਰਿਹਾ ਉਹ ਦਿਨ ਨੇੜੇ ਆ ਰਿਹਾ ਸਾਡਾ ਦਿਨ ਵੀ ਸਾਨੂੰ ਵੀ ਉਹ ਚਿੱਠੀ ਆਉਣ ਵਾਲੀ ਹੈ ਕੀ ਪਤਾ ਕਿਹੜੇ ਵੇਲੇ ਸੱਦ ਪੈ ਜਾਣੀ ਸੱਦਾ ਆ ਜਾਣਾ ਔਰ ਬੱਚੇ ਨੂੰ ਕਹਿੰਦੇ ਫਲ ਬੇਟਾ ਫਲਾਣਾ ਕੰਮ ਕਰ ਮੈਂ ਨਹੀਂ ਕਰਨਾ ਤੂੰ ਫਲਾਣੇ ਥਾਂ 'ਤੇ ਜਾ ਮੈਂ ਨਹੀਂ ਜਾਣਾ ਮੈਂ ਨਹੀਂ ਆਹ ਕੰਮ ਕਰਨਾ ਸਾਰੀ ਜ਼ਿੰਦਗੀ ਕਈ ਬੰਦੇ ਇੱਦਾਂ ਦੇ ਕਹਿਣਗੇ ਮੈਂ ਤਾਂ ਆਪਣੇ ਪਿਓ ਦੀ ਨਹੀਂ ਮੰਨੀ ਮੈਂ ਕਿਸੇ ਦੀ ਕੀ ਪਰਵਾਹ ਕਰਦਾ ਕਈ ਬੰਦੇ ਇੱਦਾਂ ਦੇ ਹਨ ਨਾ ਤੂੰ ਇਹਦੇ ਵਿੱਚ ਕੀ ਵਡੱਪਣ ਸਮਝਣਾ
ਇਹਦੇ ਵਿੱਚ ਕੀ ਵਡੱਪਣ ਹੈ ਵੀ ਮੈਂ ਕਿਸੇ ਦੀ ਨਹੀਂ ਮੰਨੀ? ਕਈ ਬੰਦੇ ਇੱਦਾਂ ਦੇ ਵੇਖੇ ਨੇ, ਅਸੀਂ ਤੇ ਜੀ ਆਪਣੇ ਪਿਓ ਦੀ ਪਰਵਾਹ ਨਹੀਂ ਕਰਦੇ, ਅਸੀਂ ਤੇ ਕਿਸੇ ਦੀ ਨਹੀਂ ਮੰਨਦੇ। ਇਹ ਕੋਈ ਵਡੱਪਣ ਨਹੀਂ ਗੁਰਮੁਖੋ, ਕਿਸੇ ਦੀ ਨਾ ਮੰਨਣੀ, ਹਰ ਇੱਕ ਨੂੰ ਜਵਾਬ ਦੇਣਾ। ਠੀਕ ਹੈ, ਕਈਆਂ ਦਾ ਸੁਭਾਅ ਹੁੰਦਾ ਹੈ, ਮਾਂ ਨੇ ਆਖਿਆ ਨਾ ਮੰਨੀ, ਦੁਨੀਆ ਸਮਝਾਉਂਦੀ ਰਹੀ, ਵੱਡੇ ਸਮਝਾਉਂਦੇ ਰਹੇ, ਰਾਗੀ ਢਾਡੀ ਪ੍ਰਚਾਰਕ ਕਹਿੰਦੇ ਰਹੇ ਨਾ ਮੰਨੀ। ਜਿੱਦਣ ਉਹਦਾ ਸੱਦਾ ਆ ਗਿਆ, ਉਦਣ ਆਖੀ ਵੀ ਮੈਂ ਨਹੀਂ, ਉਦਣ ਤੇਰੀ ਮੈਂ ਨਹੀਂ ਚੱਲੇਗੀ, ਉੱਥੇ ਤੇ ਜਾਣਾ ਹੀ ਪੈਗਾ। ਘਰ ਘਰ ਸੱਦੇ ਆ ਰਹੇ, ਅੱਜ ਕਿਸੇ ਨੂੰ, ਕੱਲ ਕਿਸੇ ਨੂੰ, ਪਰਸੋਂ ਕਿਸੇ ਨੂੰ। ਫਿਰ ਜਦੋਂ ਸੱਦਾ ਆ ਜਾਂਦਾ ਹੈ, ਪਤਾ ਲੱਗ ਜਾਏ ਨਾ, ਫਿਰ ਮਨ ਵੀ ਬੜੇ ਲੋਕ ਆਖਦੇ ਆਖੇ ਜੀ ਮਨ ਹੀ ਨਹੀਂ ਲੱਗਦਾ, ਨਾਮ ਵਿੱਚ ਲੱਗੇਗਾ। ਜਿੱਦਣ ਡਾਕਟਰਾਂ ਨੇ ਕਹਿਤਾ ਕੈਂਸਰ ਹੋ ਗਿਆ, ਤੂੰ ਨਹੀਂ ਬਚਦਾ, ਫਿਰ ਵੇਖਿਓ ਮਨ ਲੱਗਦਾ ਕਿ ਨਹੀਂ ਲੱਗਦਾ। ਬੜੇ ਕਹਿੰਦੇ ਮਨ ਨਹੀਂ ਲੱਗਦਾ, ਡਾਕਟਰਾਂ ਨੇ ਕਹਿਤਾ ਤੇਰੇ ਗੁਰਦੇ ਖਤਮ, ਕਰ ਲੈ ਜਾਓ ਤੇ ਸੇਵਾ ਕਰੋ, ਫਿਰ ਵੇਖਿਓ ਲੱਗੇਗਾ ਮਨ ਕਿ ਨਹੀਂ। ਫਿਰ ਦਿਲ ਕਰੇਗਾ ਗੁਰਦੁਆਰੇ ਜਾਣ ਨੂੰ, ਫਿਰ ਮਨ ਕਰੇਗਾ ਸੁਖਮਨੀ ਸਾਹਿਬ ਸੁਣਨ ਨੂੰ, ਫਿਰ ਪੜ੍ਹਨ ਨੂੰ ਦਿਲ ਕਰੇਗਾ, ਫਿਰ ਹੱਥਾਂ ਤੋਂ ਗੁਟਕਾ ਫੜਿਆ ਨਹੀਂ ਜਾਣਾ, ਫਿਰ ਤਾਕਤ ਨਹੀਂ ਰਹੇਗੀ ਸਰੀਰ ਵਿੱਚ। ਇਸ ਕਰਕੇ ਸਮਾਂ ਨੂੰ ਸੰਭਾਲਣਾ ਚਾਹੀਦਾ, ਯਤਨ ਕਰਨਾ ਚਾਹੀਦਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਘਰ ਘਰ ਸੱਦੇ ਆ ਰਹੇ ਨੇ, ਤੇ ਸਖੀਓ ਭਾਵ ਕਿ ਸਤਸੰਗੀਓ, ਮੇਰੇ ਨਾਲ ਭਜਨ ਕਰਨ ਵਾਲਿਓ, ਮੇਰੇ ਨਾਲ ਬਹਿ ਕੇ ਰੱਬ ਦੇ ਗੁਣ ਗਾਉਣ ਵਾਲੀਓ, ਮੇਰੀ ਉਹ ਸਖੀਓ, ਉਹ ਸਾਹਾ ਲਿਖਿਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਮੇਰਾ ਮੇਲ ਹੋਣਾ ਹੈ, ਮੈਂ ਅਗਲੇ ਘਰ ਜਾਣਾ ਹੈ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਮਾਈਏ ਪਾਓ, ਮਾਈਏ ਪਾਣਾ ਮੇਰੇ ਸਿਰ ਵਿੱਚ ਤੇਲ ਪਾਓ, ਭਾਵ ਕੇ ਅਸੀਸਾਂ ਰੂਪੀ ਤੇਲ ਪਾਓ, ਵੀ ਤੇਰਾ ਤੇਰੇ ਪਤੀ ਨਾਲ, ਭਾਵ ਕੇ ਵਾਹਿਗੁਰੂ ਨਾਲ ਮੇਲ ਹੋ ਜਾਇਆ। ਆਖੋ ਸਤਨਾਮ। ਜਿਹੜਾ ਤੇਲ ਹੈ ਨਾ ਸਿਰ ਚ ਪਾਣਾ, ਬੱਚੀਆਂ ਜਿਵੇਂ ਮਾਈਏ ਪਾਉਂਦੀਆਂ ਨੇ, ਉਹਦਾ ਅਰਥ ਅਸੀਸ ਹੀ ਹੁੰਦਾ, ਅਸੀਸ, ਆਸ਼ੀਰਵਾਦ, ਬੱਚੀ ਨੂੰ ਆਸ਼ੀਰਵਾਦ, ਤੇਰੀ ਤੇਰੇ ਪਤੀ ਨਾਲ ਬਣ ਆਵੇ। ਇਸ ਕਰਕੇ ਉਸੇ ਦਾ ਪ੍ਰਮਾਣ ਸਤਿਗੁਰੂ ਜੀ ਨੇ ਦਿੱਤਾ ਹੈ ਕੀਰਤਨ ਸੋਹਲੇ ਵਿੱਚ, ਸੰਬਤ ਸਾਹਾ ਲਿਖਿਆ, ਉਹ ਸੰਬਤ ਉਹ ਸਾਹਾ ਲਿਖਿਆ ਹੋਇਆ ਹੈ, ਤੇ ਆਓ ਮੇਰੇ ਪਿਆਰਿਓ, ਮੇਰੇ ਸਤਸੰਗੀਓ, ਮੇਰੇ ਨਾਲ ਬਹਿਣ ਵਾਲਿਓ, ਆਓ ਮੇਰੇ ਤੇ, ਤੁਹਾਡੇ ਤੇ ਕਿਰਪਾ ਹੋਈ ਹੈ, ਤੁਸੀਂ ਮਿਲੇ ਹੋਏ ਹੋ, ਤੇ ਮੈਨੂੰ ਅਸੀਸ ਦੇ ਦਿਓ, ਅਸੀਸਾਂ ਰੂਪੀ ਤੇਲ ਮੇਰੇ ਸਿਰ ਚ ਪਾਓ, ਮਿਲ ਕਰ ਪਾਵੋ ਤੇਲ, ਤੇ ਦੇਹੋ ਸਜਣ ਅਸੀਸੜੀਆਂ, ਉਹ ਅਸੀਸ ਕਿਹੜੀ ਦਿਓ, ਜੋ ਹੋਵੇ ਸਾਹਿਬ ਸਿਓ ਮੇਲ, ਹੋ ਜੇ ਸਾਹਿਬ ਸਿਓ ਮੇਲ, ਮੇਲਾ ਹੋ ਜੇ ਮੇਲਾ ਹੋ ਜੇ ਮੇਰਾ, ਹੋ ਜੇ ਸਾਹਿਬ ਸਿਓ ਮੇਲ, ਮੇਲਾ ਹੋ ਜੇ ਮੇਲਾ ਹੋ ਜੇ।
ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਭਰੇ ਮੇਲਾ ਸੌਖਾ ਨਹੀਂ ਹੁੰਦਾ ਗੁਰਮੁਖੋ ਸੌਖੀ ਖੇਡ ਨਹੀਂ ਕਲਯੁੱਗ ਦਾ ਪਹਿਰਾ ਹੈ ਹਰ ਪਾਸੇ ਤੱਤੀਆਂ ਹਵਾਵਾਂ ਵਗਦੀਆਂ ਨੇ ਕਲਯੁੱਗ ਦੀਆਂ ਇਹਦੇ ਤੋਂ ਬਚਣਾ ਬਚ ਕੇ ਰਹਿਣਾ ਬੜਾ ਔਖਾ ਹੈ ਇਹ ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਬਚਿਆ ਜਾਂਦਾ ਤਿਤ ਸਰਵਰਡ ਹੈ ਭਈ ਲੈ ਨਿਵਾਸਾ ਕਹਿੰਦੇ ਇਹੋ ਜਿਹੇ ਸਰੋਵਰ ਚ ਰੱਬ ਨੇ ਘੱਲ ਦਿੱਤਾ ਸਾਨੂੰ ਇਹ ਸੰਸਾਰ ਰੂਪੀ ਸਰੋਵਰ ਤੇ ਇਹ ਸਰੋਵਰ ਹੈ ਨਾ ਜਿਹੜਾ ਇਹ ਪਾਣੀ ਦਾ ਨਹੀਂ ਭਰਿਆ ਸਰੋਵਰ ਵਿੱਚ ਤੇ ਨਹਾਓ ਤੇ ਠੰਡਾ ਕਰ ਦਿੰਦਾ ਹੈ ਕਹਿੰਦੇ ਇਹ ਸਰੋਵਰ ਵਿੱਚ ਪਾਣੀ ਦੀ ਥਾਂ ਤੇ ਰੱਬ ਨੇ ਅੱਗ ਪਾ ਦਿੱਤੀ ਆਖੋ ਸਤਨਾਮ ਪਾਣੀ ਪਾਵਕ ਦਿਨ ਹੈ ਕੀ ਉਹ ਤੇ ਅੱਗ ਪਾ ਦਿੱਤੀ ਪਾਣਾ ਸੀ ਪਾਣੀ ਸੰਸਾਰ ਰੂਪੀ ਇਹ ਸਰੋਵਰ ਐਸਾ ਤਿਤ ਸਰਵਰਡ ਹੈ ਭਈਲੇ ਨਿਵਾਸਾ ਜਿੱਥੇ ਸਾਡਾ ਨਿਵਾਸ ਅੱਜ ਉਸ ਸਰੋਵਰ ਵਿੱਚ ਹੈ ਜਿੱਥੇ ਪਾਣੀ ਦੀ ਥਾਂ ਤੇ ਅੱਗ ਪਾਈ ਹੋਈ ਪਾਣੀ ਪਾਵਕ ਤਿੰਨ ਹੈ ਕੀ ਆ ਤੇ ਤੁਹਾਨੂੰ ਪਤਾ ਹੈ ਕਿ ਸਰੋਵਰਾਂ ਦੇ ਵਿੱਚ ਜਿੱਥੇ ਪਾਣੀ ਦਾ ਤਲਾਬ ਹੋਵੇ ਦਰਿਆ ਹੋਵੇ ਛੱਪੜ ਹੋਵੇ ਟੋਭਾ ਹੋਵੇ ਨਦੀ ਹੋਵੇ ਉੱਥੇ ਪਾਣੀ ਵੀ ਹੋਏਗਾ ਤੇ ਉੱਥੇ ਚਿੱਕੜ ਵੀ ਜ਼ਰੂਰ ਹੋਏਗਾ ਤੇ ਕਹਿੰਦੇ ਜਿਹੜਾ ਇਹਦੇ 'ਚ ਚਿੱਕੜ ਹੈ ਨਾ ਚਿੱਕੜ ਉਹ ਮੋਹ ਦਾ ਪਾਇਆ ਪਾਣੀ ਦੀ ਥਾਂ ਤੇ ਅੱਗ ਹੈ ਤੇ ਚਿੱਕੜ ਦੀ ਥਾਂ ਤੇ ਮੋਹ ਹੈ ਐਸਾ ਚਿੱਕੜ ਹੈ ਐਸੀ ਦਲਦਲ ਵਿੱਚ ਬੰਦਾ ਫਸ ਜਾਂਦਾ ਹੈ ਵੀ ਨਿਕਲਣਾ ਬੜਾ ਔਖਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਬੜੇ ਵੇਖੇ ਨੇ ਇਸ ਚਿੱਕੜ ਵਿੱਚ ਫਸ ਗਏ ਨੇ ਤੇ ਫਸੇ ਹੀ ਨਹੀਂ ਡੁੱਬ ਵੀ ਗਏ ਨੇ ਤਿਤ ਸਰਵਰਡ ਹੈ ਤੈਲੇ ਨਿਵਾਸਾ ਪਾਣੀ ਪਾਵਕ ਤਿੰਨ ਹੈਂਗੀਆ ਪੰਕਜ ਮੋਹ ਪਗ ਨਹੀਂ ਚੱਲ ਪੰਕਜ ਇਹਦਾ ਅਰਥ ਹੈ ਚਿੱਕੜ ਇਹ ਕਾਹਦਾ ਚਿੱਕੜ ਹੈ ਮੋਹ ਦਾ ਪੰਕਜ ਮੋਹ ਪਗ ਨਹੀਂ ਚੱਲ ਪੈਰ ਪੁੱਟਿਆ ਹੀ ਨਹੀਂ ਜਾਂਦਾ ਗਾਂ ਰੱਬ ਵਾਲੇ ਪਾਸੇ ਤੁਰਿਆ ਹੀ ਨਹੀਂ ਜਾਂਦਾ ਇੱਧਰ ਨੂੰ ਵਧਿਆ ਹੀ ਨਹੀਂ ਜਾਂਦਾ ਤੇ ਵੇਖ ਕੀ ਰਹੇ ਹਾਂ ਹਮ ਦੇਖਾ ਤਹਿ ਡੂਬੀਏ ਲਿਖਣੀ ਦੁਨੀਆ ਡੁੱਬ ਰਹੀ ਕਿੰਨੇ ਲੋਕ ਨੇ ਜਿਹੜੇ ਮੋਹ ਦੀ ਦਲਦਲ ਚ ਐਸੇ ਫਸੇ ਆ ਇਸ ਚੁੰਗਲ ਚੋਂ ਨਿਕਲ ਹੀ ਨਹੀਂ ਸਕਦੇ ਇਸ ਜਾਲ ਚ ਉਹੋ ਜਿਹੇ ਪੈ ਗਏ ਆ ਵੀ ਚਾਹੁੰਦੇ ਆ ਪਰ ਬੜਾ ਔਖਾ ਹੈ ਨਿਕਲਣਾ ਬੜਾ ਔਖਾ ਇਹਨਾਂ ਜੰਜਾਲਾਂ ਵਿੱਚ ਮੋਹ ਦੀ ਦਲਦਲ ਚੋਂ ਨਿਕਲਣਾ ਬੜਾ ਔਖਾ ਚੌਂਕੜਾ ਮਾਰ ਕੇ ਅੱਖਾਂ ਜੋ ਬੰਦ ਕਰ ਲੈਂਦਾ ਹੈ ਸਮਾਧੀ ਤੇ ਲੱਗੀ ਹੁੰਦੀ ਹੈ ਸੁਰਤ ਅੱਖਾਂ ਬੰਦ ਕੀਤੀਆਂ ਨੇ ਵੇਖਣ ਵਾਲਾ ਕਹਿੰਦਾ ਨਿਰੰਕਾਰ ਨਾਲ ਜੁੜਿਆ ਪਰ ਸੁਰਤ ਜਿਹੜੀ ਉਹ ਸੰਸਾਰ ਨਾਲ ਹੀ ਜੁੜੀ ਰਹਿੰਦੀ ਹੈ ਮਨ ਟਿਕਦਾ ਹੀ ਨਹੀਂ ਬਿਰਦੀ ਖਲੋਂਦੀ ਹੋਈ ਨਹੀਂ ਤੇ ਇਸ ਕਰਕੇ ਬੜਾ ਹੀ ਮੁਸ਼ਕਲ ਹੈ ਬੜਾ ਔਖਾ ਹੈ ਇਹਦੇ ਵਾਸਤੇ ਫਿਰ ਕਰੀਏ ਕਈ ਬਸ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਅਰਦਾਸ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਜੀ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਅਸੀਂ ਆਖੀਏ ਵੀ ਅਸੀਂ ਜ਼ੋਰ ਲਾ ਕੇ ਨਿਕਲ ਜਾਂਗੇ ਉਸ ਚਿੱਕੜ ਚੋਂ ਜਿਹੜੀ ਦਲਦਲ ਹੈ ਉਹ ਦਲਦਲ ਕਿਹੜੀ ਵੇਖੋ ਬੱਚਿਆਂ ਦੇ ਮੋਹ ਬੱਚਿਆਂ ਤੋਂ ਬੱਚੇ ਵੱਡੇ ਹੋਏ ਨੇ ਹੁਣ ਫਿਕਰ ਪੈ ਗਿਆ ਵੀ ਪੋਤੇ ਦਾ ਵਿਆਹ ਵੇਖ ਕੇ ਜਾਵਾਂ ਪਹਿਲਾਂ ਸੀ ਕਿ ਪੁੱਤ ਵਿਆਹ ਲਈਏ ਬਸ ਆਨੰਦ ਹੁਣ ਇੱਛਾ ਬਣ ਗਈ ਹੈ ਕਿ ਪੋਤਾ ਮੇਰੇ ਸਾਹਮਣੇ ਵਿਆਹਿਆ ਜਾਵੇ ਹੱਥੀ ਕਰਾਂ ਮੈਂ ਮੋਹ ਦੀ ਇਸ ਦਲਦਲ ਚੋਂ ਨਿਕਲਣਾ ਬੜਾ ਔਖਾ ਹੈ ਜੇ ਆਖੀਏ ਅਸੀਂ ਜ਼ੋਰ ਲਾ ਕੇ ਨਿਕਲ ਜਾਵਾਂਗੇ ਸਾਡੇ 'ਚ ਸਮਰੱਥਾ ਨਹੀਂ ਸਾਡੇ 'ਚ ਤਾਕਤ ਨਹੀਂ ਵੀ ਅਸੀਂ ਨਿਕਲ ਸਕੀਏ ਇਹ ਤੇ ਬਸ ਅਰਦਾਸ ਹੀ ਹੈ ਬਸ ਸਤਿਗੁਰੂ ਤੁਸੀਂ ਕਿਰਪਾ ਕਰਨੀ ਤੁਸੀਂ ਮਿਹਰ ਕਰਨੀ ਇਸ ਕਲਯੁੱਗ ਦੇ ਪਹਿਰੇ ਵਿੱਚ ਹਮਰੀ ਕਰੋ ਹੱਥ ਦੈ ਰੱਛਾ ਇਹ ਰੋਜ਼ ਅਰਦਾਸ ਹੈ ਪਹਿਲਾਂ ਜਪ ਪੜ੍ਹਦਾ ਹੈ ਜਪਜੀ ਸਾਹਿਬ ਜਪ ਤੇ ਫਿਰ ਜਾਪ ਨਮਸਕਾਰ ਤੇ ਫਿਰ ਸਤ ਸੰਗਤ ਆਪਾਂ ਸਵਈਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਹਾਂ ਫਿਰ ਬੇਨਤੀ ਕਰਦੇ ਹਾਂ ਫਿਰ ਆਨੰਦ ਆਉਂਦਾ ਹੈ ਫਿਰ ਬੇਨਤੀ ਤੋਂ ਬਾਅਦ ਹੀ ਕਿਰਪਾ ਹੋਏਗੀ ਚੌਪਈ ਤੋਂ ਬਾਅਦ ਹੀ ਆਨੰਦ ਆਏਗਾ ਬੇਨਤੀ ਹੋਈ ਹੈ ਸਾਰੀ ਚੌਪਈ ਸਾਹਿਬ ਹਮਰੀ ਕਰੋ ਹੱਥ ਦੈ ਰੱਛਾ ਸਾਡੀ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇੱਛਾ ਉਹ ਇੱਛਾ ਕਿਹੜੀ ਹੈ ਤਵ ਚਰਨਨ ਮਨ ਰਹੇ ਹਮਾਰਾ ਚੌਪਈ ਸਾਹਿਬ ਦੇ ਪਾਠ ਕਰ ਰਹੇ ਹਾਂ ਜੀ ਕਾਹਦੇ ਲਈ ਕਾਹਦੇ ਲਈ ਕਰ ਰਹੇ ਹਾਂ ਵੀ ਮੇਰੀ ਫਲਾਣੀ ਇੱਛਾ ਪੂਰੀ ਹੋ ਜਾਏ
मैं पंजाब पाठ करांगा मैनू आ सुख मिल जाए, मैं चौपी साहब दे इन्ने पाठ करांगा मेरे ते आ कृपा हो जाए। ठीक है बाणी दा प्रताप है, ठीक सब कुछ हो जाएगा, पर इन्हां पंक्तियां नू तू मनो कहे ना मनो। चौपी दे पंजाब पाठ करेंगा पंजाब वारी जदों आ कहेंगा कि तब चरणन मन रहे हमारा, उहदे चरणां नाल मन ला लै दुख सारे आपे ही कट्टे जाणगे। मन ओदे चरणा नाल लग जाएगा ते दुख ते फिर आपे ही कट्टे जाणगे। तब चरणन मन रहे हमारा, अपना जान अपना समझ लै, अपना जान करो प्रतिपालना, अपने समझ के प्रतिपालना करो ते अपने बनना औखा है। जेडे गुरु दे बन गए फिर जो मंग है ठाकुर अपने ते सोई सोई देवे। नानक दास मुखते जो बोल इहां उहां सच होवे। लोक परलोक विच उहनां दी सुनी जांदी है, इत्थे उत्थे सच है जो कहणगे ओ मन्ने ले मन्नी जाएगी, पर किन्ना किन्ना दी सुणदा है। जो मंग है मंगदे ने किहदे तों, ठाकुर अपने ते। पहलां नूं अपना बना ठाकुर तों, फिर जो मर्जी मंग ली। तू प्यो नूं प्यो समझदा नहीं, तू कहना मैनूं जमीन दा हिस्सा नहीं पूरा दिंदा, पहला उन्हों अपना ते बना लै। पहली ये शर्त ये रखी है भी तू ठाकुर तो मंग, तू जो मंगेगा मिल जाएगा, पर पहला उन्हों अपना बना, उन्हों अपने नेड़े समझ। गुर मेरे संग सदा है नाले, ये बिरती बना। दुकालंग प्रनासी दयालंग सरूपे सदा अंग संगे अपंगंग बेपूते, ये भरोसा बन लै भी वह मेरा है। एक पिता एक सके हम बारक, असी ओदे बारक आ राम अय्या, हौ बारक तेरा, मैं तेरा बारक हाँ, मैं तेरा सेवक हाँ। ये मन के चल भी ओ मेरा पिता असली है, ओही है मेरा सारा कुछ। ते जदों ये मन्नेगा फिर ओनू तू अपना बना लेंगा, फिर जिदन तू ओनू अपना मन्नेगा ना फिर जो मर्जी मंग ली, जो मर्जी मंग ली, जो मंग है ठाकुर अपने ते अपना बना लै, फिर ते तेनू मंगना भी नहीं पेगा, फिर ते मंगण दी भी जरूरत नहीं पैंदी। वह अपना महसूस होने लग जाए ना तो फिर अपने आप ही हौसला हो जाता है कि हुण किसी चीज की की लोड़ है। फिर ते ओ छपरियां च बैठे हुए गुरमुख भगत जेडे ने उन्हां दियां छपरियां ही सोहणियां, उन्हां चों ही नूर वरण लग पैंदा, छपरियां च ही मौजां लग जांदियां ने, फिर ते महल की लोड़ ही नहीं पैंदी। फिर ते फुटपाथ ते बैठा होएगा उत्थे ही कहेगा आनंद है, तां वी छत होवे उत्ते। भजन करन वालियां दियां छपरियां तो वह कई दुनिया च छपरियां इदां दियां ने, कच्चे घर इदां दे ने जिन्हां घरां तो कई महल कुर्बान किए जा सकते ने, ते कई महल इदां दे ने दुनिया च जिन्हां दी कोई कीमत नहीं सतगुरु दियां नज़रां विच। किते ही काम ना धौल हर जित हर बिसराए, जिथे रब भुलिया होया ना धौलर वह महल वह किसे काम नहीं बाणी कहिंदी है, वह चंगे नहीं लगते। और कुछ महल इदां दे आ जेड़े किसे काम दे नहीं, पर कुछ छपरियां इदां दियां ने जिन्हां तों लखां महल वारे जा सकदे ने, जिथे भजन करन वाले बहिंदे आ, जिथे बंदगी वाले बहिंदे आ, फिर जिथे सिमरन वाले बंदगी वाले, फिर मालक कृपा करदा औखी घड़ी ना देखण देई, औखी घड़ी देखण ही नहीं दिंदा अपने सेवक। अपना बिरध संभाले, वह अपना बिरध संभालदा। फिर इहदा अर्थ इह नहीं, कई प्रेमी पढ़दे ने वी हे मालका मैनूं औखी घड़ी ना देखण देई, इदां पढ़दे ना कई वी औखी घड़ी ना देखण देई, अपना बिरध संभाले। हाथ दे राखे अपने को सास सास प्रतपाले, ये भी आवे को इत्थे भी बचना ना अपने नूं रखदा, तू ओनू अपना बना लै ठाकुर अपने ते, तू ओनू अपना बना लै। फिर वो हाथ दे राखे किनू, शराबी नू नहीं, ठग नू नहीं, चोर नू नहीं, बदमाश नू नहीं, हाथ दे राखे अपने को जेड़े ओदे ने। सास सास प्रतपाले, सास सास प्रतपालना करदा, सास सास कृपा करदा। फिर उन्हां ते जेड़े ओदे अपने ने, तू ओनू अपना बना लै, वह तेनू अपना बना लैगा। बस फिर विचाले किसे धागे वाले की लोड़ पैणी ही नहीं, किसे की लोड़ ही नहीं पैनी विचाले, तू ओदा बन वह तेरा बन जाएगा, बस इत्थे निबड़ जाएगा काम। इत्थे जाके दौड़ खत्म हो जाएगी, इत्थे जाके प्राप्ति हो जाएगी। औखी घड़ी ना देखण देई नहीं, देई नहीं,
ਇਹ ਸਿੱਖੀ ਨਹੀਂ ਜਿਹੜਾ ਬੰਦਾ ਕਹਿੰਦਾ ਔਖੀ ਘੜੀ ਨਾ ਦੇਖਣ ਦੇਈ ਵੀ ਰੱਬਾ ਮੇਰੇ ਤੇ ਔਖਾ ਸਮਾਂ ਨਾ ਆਵੇ। ਸਿੱਖ ਤੇ ਕਹਿੰਦਾ ਉਹ ਦੁੱਖ ਦੇ ਸੁੱਖ ਦੇ, ਤੈਨੂੰ ਜੋ ਪਾਉਂਦਾ ਤੈਨੂੰ ਆਪਣਾ ਯਾਰ ਮੰਨ ਲਿਆ, ਹੁਣ ਤੇਰੀ ਮਰਜ਼ੀ ਹੈ, ਮੇਰੀ ਮਰਜ਼ੀ ਤੇ ਚੱਲ ਦੂ ਨਹੀਂ, ਮੈਂ ਤੇ ਕਹਿ ਹੀ ਨਹੀਂ ਸਕਦਾ ਕੁਛ, ਉਹ ਤੇ ਤੇਰੀ ਮਰਜ਼ੀ ਹੈ, ਮੈਂ ਤੈਨੂੰ ਆਪਣਾ ਪਿਤਾ ਮੰਨ ਲਿਆ, ਤੂੰ ਮੇਰੀ ਝੋਲੀ ਚ ਕੀ ਪਾਉਣਾ ਉਹ ਤੂੰ ਵੇਖਣਾ, ਮੈਂ ਨਹੀਂ ਵੇਖਣਾ। ਸਿੱਖ ਕੀ ਕਹਿੰਦਾ ਦੁੱਖ ਦੇ ਪਰ ਦੁੱਖ ਨੂੰ ਚੱਲਣ ਦੀ ਤਾਕਤ ਵੀ ਦੇ, ਜੋ ਮਰਜ਼ੀ ਹੋਵੇ। ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕੰਡਿਆਂ ਤੇ ਪੈ ਕੇ ਇਹੀ ਤੇ ਸਿਖਾਇਆ ਵੀ ਜੇ ਮੈਂ ਕੰਡਿਆਂ ਤੇ ਪੈ ਕੇ ਨਹੀਂ ਘਬਰਾਉਂਦਾ, ਤੂੰ ਮੇਰਾ ਪੁੱਤਰ ਹੈ ਤੇ ਤੂੰ ਕਿਉਂ ਸੋਹਣੇ ਬੈੱਡਾਂ ਤੇ ਪੈ ਕੇ ਘਬਰਾਈ ਜਾਂਦਾ? ਤੇਰੇ ਕੋਲ ਤੇ ਬਿਸਤਰੇ ਨੇ, ਮੇਰੇ ਕੋਲ ਕੰਡੇ ਨੇ, ਤੇਰੇ ਪੁੱਤ ਤੇਰੇ ਨਾਲ ਪਿਆ, ਮੇਰੇ ਚਾਰ ਵਾਰ ਦਿੱਤੇ ਨੇ ਮੈਂ, ਤੂੰ ਆਪਣੀ ਮਾਂ ਦੇ ਰੋਜ਼ ਦਰਸ਼ਨ ਕਰਨਾ, ਮੇਰੀ ਮਾਂ ਵੀ ਚਲੀ ਗਈ, ਮੇਰਾ ਪਿਓ ਪੌਣੇ 9 ਸਾਲ ਦੀ ਉਮਰ ਚ ਗਿਆ, ਜਦੋਂ ਮੈਂ ਕਾਇਮ ਆ ਤੇ ਤੂੰ ਕਿਉਂ ਡੋਲਦਾ ਫਿਰਦਾ, ਤੂੰ ਕਿਉਂ ਭਟਕਦਾ ਫਿਰਨਾ? ਇਹ ਸਤਿਗੁਰੂ ਨੇ ਸਾਨੂੰ ਗੁਰਮਤ ਦੇ ਸਿਧਾਂਤ ਚੰਗੀ ਤਰ੍ਹਾਂ ਸਾਡੇ ਅੰਦਰ ਵੜ ਜਾਣ ਤਾਂ ਕਰਕੇ ਮਹਾਰਾਜ ਕੰਡਿਆਂ ਤੇ ਪਏ ਨੇ। ਜਾਚਾਂ ਸਿਖਾਉਣ ਵਾਲਾ ਗੁਰੂ ਇਹੋ ਜਿਹਾ ਨਹੀਂ ਦੁਨੀਆਂ 'ਚ ਲੱਭਣਾ ਕੋਈ, ਮੈਂ ਚੈਲੰਜ ਕਰਕੇ ਇਹ ਗੱਲ ਕਹੀ ਨਾ, ਸਤਿਕਾਰ ਸਭ ਦਾ। ਦੁਨੀਆਂ 'ਚ ਕੋਈ ਪੀਰ ਪੈਗੰਬਰ ਟੀਚਰ ਏਦਾਂ ਦਾ ਨਹੀਂ ਹੋਇਆ ਜਿਹੜਾ ਏਦਾਂ ਸਿਖਾਵੇ। ਸਕੂਲ ਵਿੱਚ ਬੱਚੇ ਪ੍ਰੋਫੈਸਰ ਨੇ, ਲੈਕਚਰਾਰ ਨੇ, ਕਾਲਜਾਂ ਵਿੱਚ ਲੈਕਚਰ ਦਿੰਦੇ ਆ, ਏਦਾਂ ਕਰੋ, ਏਦਾਂ ਕਰੋ, ਏਦਾਂ ਕਰੋ, ਏਦਾਂ ਕਰੋ, ਪਰ ਕੋਈ ਪ੍ਰੈਕਟੀਕਲੀ ਥੋੜਾ ਵਿਖਾਉਂਦਾ ਵੀ ਏਦਾਂ ਕਰੋ, ਘਰ 'ਚ ਜਾ ਕੇ ਵੀ ਏਦਾਂ ਜਿਉਂਦਾ? ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਕੱਲੀ ਕੱਲੀ ਗੱਲ ਸਿਖਾ ਕੇ ਗਏ ਆ, ਸਿੱਖੋ ਸਾਨੂੰ ਆਪਣੇ ਬਾਪੂ ਤੇ ਰੱਜ ਕੇ ਮਾਣ ਕਰਨਾ ਚਾਹੀਦਾ, ਸਾਡੇ ਬਾਪੂ ਵਰਗਾ ਨਹੀਂ ਕੋਈ ਹੋ ਸਕਦਾ। ਸਾਡੇ ਪਿਤਾ ਵਰਗਾ ਕੋਈ ਨਹੀਂ ਹੋ ਸਕਦਾ ਜਿਹੜੇ ਏਦਾਂ ਆਪਣੇ ਸੇਵਕਾਂ ਦੀ ਪ੍ਰਤਪਾਲਣਾ ਕਰਦੇ ਨੇ। ਫਿਰ ਕਿਉਂ ਅਸੀਂ ਕਿਸੇ ਪਾਏ ਗਏ ਜਬ ਤੇ ਤੁਮਰੇ, ਜਿਹੜੇ ਪਛਾਣ ਲਿਆ ਨਾ ਜਿਹਨਾਂ ਨੇ, ਇਹ ਸੱਚੀ ਗੱਲ ਹੈ ਵੀ ਗੁਰਮੁਖੋ ਜਿਹੜੇ ਪਿਆਰ ਅੰਦਰੋਂ ਕਰਦੇ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਦੀਆਂ ਕੱਲੀਆਂ ਫੋਟੋਆਂ ਜਿਹਨਾਂ ਨੇ ਘਰਾਂ ਦੇ ਵਿੱਚ ਵਧਾ ਤੇ ਨਹੀਂ ਲਾਈਆਂ, ਕੰਸ ਤੇ ਨਹੀਂ ਲਾਈਆਂ, ਕਿੱਲਿਆਂ ਨਾਲ ਸਾਹਮਣੇ ਨਹੀਂ ਟੰਗੀਆਂ, ਜਿਨ੍ਹਾਂ ਨੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵਸਾਈ ਹੈ ਨਾ, ਉਹ ਕਹਿੰਦੇ ਨੇ ਪਾਏ ਗਏ ਜਦੋਂ ਦੇ ਮੈਂ ਤੇਰੇ ਪੈਰ ਫੜ ਲਏ ਨੇ ਨਾ ਬਾਜਾਂ ਵਾਲਿਆ, ਪਾਏ ਗਏ ਜਬ ਤੇ ਤੁਮਰੇ, ਜਦੋਂ ਦੇ ਮੈਂ ਤੇਰੇ ਚਰਨ ਫੜ ਲਏ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਇਸ ਅੱਖ ਥੱਲੇ ਉਦੋਂ ਬਾਅਦ ਆਇਆ ਹੀ ਕੋਈ ਨਹੀਂ। ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ, ਉਦੋਂ ਬਾਅਦ ਇਸ ਅੱਖ ਥੱਲੇ ਆਇਆ ਹੀ ਕੋਈ ਨਹੀਂ, ਉਦੋਂ ਬਾਅਦ ਇਸ ਅੱਖ ਨੂੰ ਪਾਇਆ ਹੀ ਕੋਈ ਨਹੀਂ, ਉਦੋਂ ਬਾਅਦ ਇਸ ਅੱਖ ਨੂੰ ਚੰਗਾ ਲੱਗਿਆ ਹੀ ਕੋਈ ਨਹੀਂ, ਉਦੋਂ ਬਾਅਦ ਇਹ ਅੱਖ ਕਿਸੇ ਅੱਗੇ ਨਿਵੀ ਹੋਈ ਨਹੀਂ, ਉਦੋਂ ਬਾਅਦ ਨਹੀਂ ਇਸ ਅੱਖ ਨੂੰ ਕੋਈ ਪਸੰਦ ਆਇਆ, ਕਦੋਂ ਦਾ? ਜਦੋਂ ਦਾ ਤੇਰਾ ਤੇਰੇ ਚਰਨ ਫੜ ਲੈਣਾ। ਇਹ ਸ਼ਰਧਾ, ਇਹ ਪਿਆਰ, ਇੱਥੇ ਗੱਲ ਮੁੱਕਦੀ। ਬੜਾ ਕੁਝ ਕਹਿੰਦੇ ਨੇ ਸ਼ਾਸਤਰ ਵੇਦ ਪ੍ਰਾਨ, ਪਰ ਅਸੀਂ ਨੀ ਮਨ ਖਲੋਂਦੇ ਹੀ ਨਹੀਂ ਕਿਤੇ ਤੇਰੀ ਬਾਣੀ ਬਿਨਾਂ। ਆਖੋ ਸਤਨਾਮ, ਤੇਰੀ ਬਾਣੀ ਨਾਲ ਇੱਥੇ ਹੀ ਬਸ ਇੱਥੇ ਹੀ ਮਨ ਖਲੋ ਗਿਆ, ਕਿਰਪਾ ਕਰ ਦਿੱਤੀ ਬਾ ਮਨ ਜੁੜ ਜਾਏ, ਜਦੋਂ ਉਹ ਆਪਣਾ ਬਣ ਗਿਆ ਸੀ ਉਹਦੇ ਬਣ ਗਿਆ, ਫਿਰ ਕਾਹਦਾ ਘਾਟਾ ਹੈ, ਫਿਰ ਕਾਹਦੀਆਂ ਕਮੀਆਂ ਨੇ ਗੁਰਮੁਖੋ, ਫਿਰ ਸਾਰਾ ਕੁਛ ਹੀ ਸਿੱਖਦਾ ਹੈ। ਲਾਇਕ ਪੁੱਤਰ ਤੋਂ ਪਿਓ ਕੋਈ ਚੀਜ਼ ਛੁਪਾ ਕੇ ਨਹੀਂ ਰੱਖਦਾ, ਬਸ ਲਾਇਕ ਸਾਨੂੰ ਬਣਨ ਦੀ ਲੋੜ ਹੈ। ਨਲਾਇਕ ਤੋਂ 10 ਵਾਰੀ ਹਿਸਾਬ ਪੁੱਛਨੇ ਆ, ਤੈਨੂੰ 20,000 ਰੁਪਇਆ ਦਿੱਤਾ ਸੀ ਕਿੱਥੇ ਖਰਚਿਆ ਹੈ ਨਲਾਇਕ ਤੋਂ, ਪਰ ਲਾਇਕ ਨੂੰ ਪਿਓ ਕਹਿੰਦਾ ਲੈ ਪੁੱਤ ਆਪੇ ਆੜਤੀਏ ਤੋਂ ਲਿਆ ਆਪੇ ਖਰਚ, ਨਹੀਂ ਪਤਾ ਹੈ ਵੀ ਗਲਤ ਨਹੀਂ ਖਰਚੇਗਾ। ਤੇ ਮੈਂ ਤੇ ਇੱਥੋਂ ਤੱਕ ਵੀ ਸਟੇਜਾਂ ਤੇ ਬੇਨਤੀਆਂ ਕਰ ਚੁੱਕਿਆ, ਸੰਗਤੇ ਲੈਕ ਬਣ ਜਾਂਦੇ ਨਾ ਅੱਜ ਖਾਲਿਸਤਾਨ, ਅੱਜ ਰਾਜ ਵੀ ਸਾਡੇ ਕੋਲ ਹੋਣਾ ਸੀ, ਅਸੀਂ ਉਹ ਹੀ ਨਾ ਲੈ ਗਏ, ਕਮੀਆਂ ਸਾਡੇ ਚ ਨੇ, ਘਾਟਾਂ ਸਾਡੇ ਚ ਨੇ, ਰਾਜ ਵੀ ਹੁੰਦਾ ਪਰ ਜੇ ਲੈਕ ਹੁੰਦੇ, ਲੈਕ ਬਣ ਹੀ ਨਹੀਂ ਸਕੇ, ਅਸੀਂ ਨਾ ਲੈਕ ਬਣੇ, ਕਮੀਆਂ ਸਾਡੇ ਚ ਨੇ। ਮੈਂ ਬੇਨਤੀ ਕਰਨਾ ਚਾਹੁੰਦਾ ਪਿਆਰਿਓ, ਠੀਕ ਹੈ ਬਿਆਨਬਾਜ਼ੀਆਂ ਕਰਨ ਵਾਲੇ ਬੜੇ ਨੇ, ਕੌਮ ਦੇ ਪੰਥ ਦਰਦੀ ਹੋਣਗੇ, ਪਰ ਕੀ ਕੱਢੋਗੇ ਤੁਸੀਂ? ਗੱਲ ਪੰਥ ਦੀ ਲੱਖ ਕਰਨ ਵਾਲੇ ਨੇ, ਪਰ ਜੇ ਪੰਥ ਦਰਦੀ ਵੇਖੋਗੇ ਤੇ 5 ਨਹੀਂ ਲੱਭਣੇ।
ਜੇ ਕਿਤੇ ਸਤਿਗੁਰੂ ਸਾਡੀ ਝੋਲੀ 'ਚ ਰਾਜ ਪਾ ਵੀ ਦੇਣ ਨਾ ਗੁਰਮੁਖੋ, ਆਮ ਸਿੱਖ ਤੇ ਫਿਰ ਵੀ ਓਦਾਂ ਦਾ ਰਹਿ ਜਾਏਗਾ ਜਿਵੇਂ ਦਾ ਅੱਜ। ਇਹ ਤੇ ਉੱਪਰਲੇ ਹੀ ਲੜਦੇ ਰਹਿਣਗੇ, ਉੱਪਰਲੇ ਹੀ ਜੁੰਡਮ ਜੁੰਡੀ ਹੋਏ ਰਹਿਣਗੇ, ਉੱਪਰਲਿਆਂ ਨੇ ਹੀ ਰੌਲਾ ਪਾਈ ਜਾਣਾ ਹੈ। ਉਹ ਕਹੇਗਾ ਮੈਂ ਅੱਗੇ ਆਉਣਾ, ਉਹ ਕਹੇਗਾ ਮੈਂ ਅੱਗੇ ਆਉਣਾ। ਇਹ ਤੇ ਸਤਿਗੁਰੂ ਹੀ ਕਿਰਪਾ ਕਰਨ, ਬਸ ਬਾਹਰਲਿਆਂ ਰਾਜਾਂ ਨੂੰ ਉਡੀਕ ਲਿਆ, ਉਹ ਤੇ ਸਤਿਗੁਰੂ ਦੀ ਕਿਰਪਾ ਹੈ, ਪਰ ਆਪਣੇ ਅੰਦਰ ਗੁਰੂ ਦੇ ਰਾਜ ਬਿਨਾਂ ਕਿਸੇ ਦੂਜੇ ਦਾ ਰਾਜ ਨਾ ਹੋਵੇ। ਆਖੋ ਸਤਨਾਮ, ਅੰਦਰਲੇ ਤਖਤ ਤੇ ਨਾ ਬਹਿਣ ਦਿਓ ਕਿਸੇ ਦੂਜੇ ਨੂੰ, ਅੰਦਰੋਂ ਤੇ ਖਾਲਸ ਹੋ ਜਾਈਏ ਪੂਰੇ। ਜਿਹੜਾ ਅੰਦਰ ਹੈ ਨਾ ਸਾਡਾ, ਉਹ ਪਵਿੱਤਰ ਹੋ ਜਾਏ, ਖਾਲਸ ਹੋ ਜਾਏ, ਸ਼ੁੱਧ ਹੋ ਜਾਏ, ਹਿਰਦਾ ਬਸ ਕਿਰਪਾ ਜੁੜ ਜਾਣਾ ਚਾਹੀਦਾ। ਬਾਕੀ ਬਾਹਰਲੀਆਂ ਗੱਲਾਂ ਨੇ, ਬਸ ਜੇ ਅੰਦਰ ਅੰਦਰ ਵਸਿਆ ਹੈ ਨਾ ਸਤਮਾਲਕ, ਤੇ ਫਿਰ ਬਾਹਰ ਸਾਰਾ ਕੁਛ ਆਪਣਾ ਆਪਣਾ ਹੀ ਲੱਗੇਗਾ, ਫਿਰ ਬਗਾਨਾ ਨਹੀਂ ਲੱਗੇਗਾ। ਅੰਦਰ ਤੇ ਬਿਠਾਈਏ ਪਹਿਲਾਂ ਬਾਹਰ ਦੀਆਂ ਗੱਲਾਂ। ਇੱਕ ਨਾ ਮਹਾਂਪੁਰਖ ਬਾਬਾ ਅਤਰ ਸਿੰਘ ਸੰਤ ਮਹਾਰਾਜ ਮਸਤਵਾਣੇ ਵਾਲੇ, ਉਹਨਾਂ ਕੋਲ ਲਾਹੌਰ ਪ੍ਰੋਗਰਾਮ ਵਿੱਚ ਗੁਰਮੁਖ ਗਿਆ, ਉਹ ਸਾਧ ਚਿਮਟਿਆਂ ਨਾਲ ਕੀਰਤਨ ਏਦਾਂ ਹੀ ਕਰਦੇ ਸੀ ਸਿੱਧਾ, ਜਿਹੜਾ ਨਾ ਇਹ ਹੱਲੇ ਵਾਲਾ ਕੀਰਤਨ ਕਹਿੰਦੇ ਇਹਨੂੰ, ਹੱਲੇ ਦਾ ਦੀਵਾਨ। ਇਹ ਮਸਤਵਾਣੇ ਵਾਲੇ ਮਹਾਂਪੁਰਖਾਂ ਤੋਂ ਸ਼ੁਰੂ ਹੋਇਆ, ਬਹੁਤਾ ਧਾਰਨਾ ਪ੍ਰਚਲਿਤ ਹੋਈਆਂ। ਤੇ ਮਹਾਰਾਜ ਸੰਤ ਮਹਾਰਾਜ ਕੀਰਤਨ ਕਰਨ ਤੇ ਗਿਆ, ਤੁਸੀਂ ਜੀ ਚਿਮਟੇ ਵਜਾਈ ਜਾਂਦੇ ਹੋ, ਵੇਖੋ ਪੰਥ ਦੀ ਗੱਲ, ਪੰਥ ਏਦਾਂ, ਅਸੀਂ ਪੰਥ ਦਰਦੀ ਲੋਕ ਏਦਾਂ। ਉਹ ਛਾਤੀ ਤੇ ਹੱਥ ਧਰ ਕੇ ਆਖੇ, ਮਹਾਂਪੁਰਖ ਆਖਣ ਲੱਗੇ, ਉਹ ਕੀਰਤਨ ਕਰਦੇ ਸੀ, ਚਲੋ ਸਾਜੀ ਸਾਜ ਵਜਾਣ, ਉਹ ਵਾਜਾ ਨਹੀਂ ਸੀ ਵਜਾਉਂਦੇ, ਏਦਾਂ ਹੀ ਸ਼ਬਦ ਪੜ੍ਹਦੇ ਹੁੰਦੇ ਸੀ। ਤੇ ਉਹ ਫਿਰ ਚੁੱਪ ਕਰ ਗਏ, ਉਹ ਫਿਰ ਬੋਲੀ ਗਿਆ, ਬਾਬਾ ਜੀ ਤੁਸੀਂ ਇੱਧਰ ਇੱਧਰ ਵੇਖੋ ਆ ਕੇ ਪੰਥ ਦਾ। ਫਿਰ ਚੁੱਪ, ਤੀਜੀ ਵਾਲੀ ਫਿਰ ਉਹਨੇ ਏਦਾਂ ਹੀ ਕੀਤਾ। ਸੰਤ ਮਹਾਰਾਜ ਆਖਣ ਲੱਗੇ, ਉਹ ਭਾਈ ਫਿਰ ਬੋਲੇ ਤੀਜੀ ਵਾਰੀ, ਤੂੰ ਪੰਥ ਦਰਦੀਆ ਪਿਆਰਿਆ, ਸਤਿਗੁਰੂ ਦੀ ਹਜ਼ੂਰੀ 'ਚ ਆਇਆ ਹੈ ਨਾ, ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਖਲੋਤਾ ਹੈ, ਰੱਬ ਰੂਪ ਸੰਗਤ ਦੇ ਵਿੱਚ ਖਲੋਤਾ ਹੈ, ਕੀਰਤਨ ਇੱਥੇ ਹੋ ਰਿਹਾ, ਸੱਚਖੰਡ ਵਰਤ ਰਿਹਾ, ਝੂਠ ਨਾ ਬੋਲੀ, ਸੱਚੋ ਸੱਚੀ ਦੱਸੀ ਵੀ ਸਵੇਰੇ ਪੰਜ ਬਾਣੀਆਂ ਦਾ ਪਾਠ ਕੀਤਾ ਹੀ, ਇਹ ਇਤਿਹਾਸਕ ਬਚਨ ਹੈ, ਤੂੰ ਪੰਜ ਬਾਣੀਆਂ ਪੜ੍ਹੀਆਂ ਨੇ। ਉਹ ਚੁੱਪ, ਕਹਿੰਦਾ ਬਾਬਾ ਜੀ ਝੂਠ ਨਹੀਂ ਬੋਲਦਾ, ਮੈਂ ਪੰਜ ਬਾਣੀਆਂ ਸਵੇਰ ਦੀਆਂ ਨਹੀਂ ਪੜ੍ਹੀਆਂ। ਕਹਿੰਦੇ ਫਿਰ ਕਿੱਥੇ ਹੈ ਤੇਰੇ ਅੰਦਰ ਪੰਥ ਦਾ ਦਰਦ, ਜੇ ਤੇਰੇ ਕੋਲ ਸਵੇਰੇ ਉੱਠ ਕੇ ਪੰਜ ਬਾਣੀਆਂ ਪੜ੍ਹਨ ਦਾ ਟਾਈਮ ਨਹੀਂ, ਗੱਲਾਂ ਤੂੰ ਪੰਥ ਦੀਆਂ ਕਰਨਾ, ਪਰ ਪੰਥ ਗੱਲ ਬਣੇਗੀ ਕਿੱਥੇ? ਫਿਰ ਉਦੋਂ ਬਾਬਾ ਅਤਰ ਸਿੰਘ ਜੀ ਨੇ ਕਿਹਾ ਸੀ, ਕਹਿੰਦੇ ਓਏ 2 ਵਜੇ ਖੂਹਾਂ ਤੇ ਡੋਲ ਖੜਕਾਣੇ ਸ਼ੁਰੂ ਕਰ ਦਿਓ, ਤੁਹਾਡਾ ਰਾਜ ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ। 2 ਵਜੇ ਖੂਹਾਂ ਤੇ ਡੋਲ ਖੜਕਾਓ, ਇਹਦਾ ਅਰਥ ਕੀ ਸੀ? ਕਿ ਤੁਸੀਂ 2 ਵਜੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਸਿੱਖੋ ਚੌਂਕੜੇ ਮਾਰ ਕੇ ਬਹਿ ਜਿਆ ਕਰੋ, ਬਾਪੂ ਖੁਸ਼ ਹੋ ਕੇ ਤੁਹਾਡੀ ਝੋਲੀ 'ਚ ਸਾਰਾ ਕੁਝ ਪਾ ਦੇਗਾ, ਜੋ ਮੰਗ ਹੈ ਠਾਕੁਰ ਆਪਣੇ ਤੇ। ਬਸ ਤੂੰ ਉਹਨੂੰ ਆਪਣਾ ਬਣਾ ਲੈ, ਤੂੰ ਸਵੇਰੇ ਉੱਠ ਕੇ ਬਹਿ ਜਿਆ ਕਰ, ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਤੇ ਗੱਲ ਪੰਥ ਦੀ ਪਿਆ ਕਰਨਾ, ਪਹਿਲਾਂ ਆਪਣੇ ਤੋਂ ਸ਼ੁਰੂ ਕਰਨਾ ਪੈਂਦਾ ਗੁਰਮੁਖ। ਮਹਾਂਪੁਰਖ ਤੇ ਐਸੇ ਸਨ, ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਕੋਲ ਇੱਕ ਬੀਬੀ ਆਈ, ਕਹਿੰਦੀ ਬਾਬਾ ਜੀ ਆ ਸਾਡੇ ਮੁੰਡਾ ਸਾਡਾ ਗੁੜ ਖਾਣਾ ਨਹੀਂ ਛੱਡਦਾ। ਸੰਤ ਮਹਾਰਾਜ ਕਹਿੰਦੇ ਕੱਲ ਨੂੰ ਲੈ ਆਈ ਬੀਬੀ, ਅਗਲੇ ਦਿਨ ਫੇਰ ਆਈ ਕਰਾਇਆ ਖਰਚ ਕੇ, ਤੇ ਕਹਿੰਦੀ ਬਾਬਾ ਜੀ ਮੁੰਡਾ ਗੁੜ ਖਾਂਦਾ ਹੈ। ਕਹਿੰਦੇ ਕਾਕਾ ਗੁੜ ਨਾ ਖਾਇਆ ਕਰ। ਕਹਿੰਦਾ ਜੀ ਸੱਤ ਬਚਨ, ਮਹਾਂਪੁਰਖਾਂ ਦੇ ਬਚਨ 'ਚ ਅਸਰ ਸੀ, ਕੁਦਰਤੀ ਪ੍ਰਭਾਵ ਪਿਆ। ਉਹ ਬੱਚਾ ਕਹਿੰਦਾ ਸੱਤ ਬਚਨ, ਬੀਬੀ ਕਹਿੰਦੀ ਮਹਾਰਾਜ ਜੀ ਬਚਨ ਇੰਨਾ ਹੀ ਬਚਨ ਬਾਬਾ ਜੀ ਕਰਨਾ ਸੀ ਤੇ ਕੱਲ ਕਰ ਦਿੰਦੇ, ਮੈਂ ਅੱਜ ਫੇਰ ਐਡੀ ਦੂਰੋਂ ਆਈ, ਕੱਲ ਕਹਿ ਦਿੰਦੇ, ਇੰਨੀ ਹੀ ਗੱਲ ਕਹਿਣੀ ਸੀ, ਕਾਕਾ ਗੁੜ ਨਾ ਖਾਇਆ ਕਰ, ਮੈਨੂੰ ਫੇਰ ਸੱਦਿਆ। ਤੇ ਮਹਾਂਪੁਰਖ ਆਖਣ ਲੱਗੇ, ਕੱਲ ਮੈਂ ਖਾਂਦਾ ਸਾਂ, ਕੱਲ ਮੈਂ ਛੱਡਿਆ ਤਾਂ ਮੈਂ ਅੱਜ ਇਹਨੂੰ ਆਖਿਆ, ਜੇ ਮੈਂ ਖਾਂਦਾ ਹੁੰਦਾ ਇਹਨੂੰ ਮੈਂ ਕਹਿ ਹੀ ਨਹੀਂ ਸਾਂ ਸਕਦਾ, ਜੇ ਮੈਂ ਕਹਿੰਦਾ ਤੇ ਇਹਦੇ ਤੇ ਅਸਰ ਨਹੀਂ ਸੀ ਹੋਣਾ, ਤੂੰ ਆਖਿਆ ਬੱਚਾ ਗੁੜ ਖਾਂਦਾ, ਮੈਂ ਸੋਚਾਂ ਮੈਂ ਤੇ ਆਪ ਖਾਂਦਾ, ਮੈਂ ਇਹਨੂੰ ਕਿਵੇਂ ਰੋਕਾਂ, ਮੈਂ ਰੋਟੀ ਤੋਂ ਬਾਅਦ ਗੁੜ ਖਾ ਲੈਂਦਾ ਥੋੜਾ ਜਿਹਾ ਪ੍ਰਸ਼ਾਦੇ ਤੋਂ ਬਾਅਦ, ਤੇ ਕੱਲ ਰਾਤ ਮੈਂ ਨਹੀਂ ਗੁੜ ਖਾਧਾ ਤਾਂ ਅੱਜ ਤੇਰੇ ਪੁੱਤਰ ਨੂੰ ਮੈਂ ਆਖਣ ਜੋਗਾ ਹੋਇਆ। ਆਖੋ ਸਤਨਾਮ, ਇਹਨੂੰ ਕਹਿੰਦੇ ਨੇ ਗੁਰਮੁਖੋ ਮਹਾਂਪੁਰਖ। ਆਪਣਾ ਜੀਵਨ ਬਣਾਇਆ ਹੋਵੇ ਨਾ, ਫਿਰ ਇੱਕ ਇੱਕ ਬੋਲ ਅਣਿਆਲਾ ਤੀਰ ਬਣ ਜਾਂਦਾ, ਏਦਾਂ ਵੱਜਦਾ ਬੋਲ ਜਿਵੇਂ ਤੀਰ ਵੱਜਦਾ, ਤੀਰ ਇੰਨਾ ਅਸਰ ਹੋ ਜਾਂਦਾ, ਇਹ ਕੁਦਰਤੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜਿੱਥੇ ਸਤਿਗੁਰੂ ਜੀ ਦੀ ਬਖਸ਼ਿਸ਼ ਵਰਤਦੀ ਹੈ, ਕਿਰਪਾ ਵਰਤਦੀ ਹੈ, ਉੱਥੇ ਫਿਰ ਕਾਹਦਾ ਘਾਟਾ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਮਹਾਰਾਜ ਕਿਰਪਾ ਕਰ ਦੇਣ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਗੁਰੂ ਨੂੰ ਆਪਣਾ ਬਣਾ ਲੈ,
जो मंग है ठाकुर अपने उन्हों अपना बना लै गुरु दयाल हो जाए तेरे ते फिर वेखो बख्शिशा किडिया किडिया करते ने सतगुरु होए दयाल तो श्रद्धा पूरी है इच्छावां पूरियां हो जांदियां कृपा हो जाती श्रद्धा की दात मिलती है श्रद्धा पूरी भी होंगी है सतगुरु होए दयाल ना कबहू झूरी है सब नालों वड्डी गल है वेखो जिन्हों मर्जी पुछ के वेख लो झोरा ही खाई जाता है मैं मेरा रंग काला है मेरा कद नहीं बदया मेरे पुत नहीं होया मेरा पोता नहीं होया मेरी कोठी नहीं बनी मैनू गड्डी नहीं मिली मैनू मोटरसाइकिल नहीं मिलया मैनू उहदे च तेल पाउण जोगा तेल पैसे नहीं मिलते बस सारी जिंदगी झुरदे ही रहे हैं सारी जिंदगी साडे कोल अलांभियां तो बिना है की साड़ी जिंदगी झोरे ही झोरे ने कदे कोई झोरा खाई जांदा कदे कोई झोरा खाई जांदा कदे कोई झोरा खाई जांदा ते महाराज साहिब जी कहिंदे आ ओए प्यारे हो जिदे ते गुरु दयाल हो जा जिदा जिदा गुरु बन जा गुरु जी नूं अपना बना लै ओ बंदे नूं जिंदगी च कदे झोरा नहीं खाएगा झोरा नहीं खाए झोरा लगेगा नहीं उस बंदे नूं जिंदगी च कदे झूरना नहीं पाएगा किनूं जिदे ते गुरु दयाल हो जाएगा जिदे ते सतगुरु खुश हो जाएंगे जिदे ते सतगुरु की बख्शिश हो जाएगी सतगुरु होए दयाल ना कब हूं झूरी है अगे कहिंदे ने सतगुरु होए दयाल तां दुख ना जानी है ये नहीं लिखिया भी दुख आएगा नहीं ना ये लिखिया भी दुख ना जानी है जे गुरु दयाल हो जाएगा तत्ती तवी ते बैठा होएगा पर इदां लगेगा भी ठंडे थां ते बैठे जानेगा नहीं कई लोग तुसी वेखे ने कई बंदे माड़े जे दुख नूं बहुत वड्डा जानदे ने माड़ी जी तकलीफ होएगी पता नहीं कित्थे कित्थे फोन घुमा देणगे मेरा अज सिर दुखदा है मेरे अज आ तकलीफ है पर कई बंदे इदां दे ने कि वड्डे तो वड्डे दुख नहीं दुख ने ना जेडे उन्हां नूं जानदे ही कुछ नहीं जानदे ही नहीं परवाह ही नहीं करदे महाराज दा बचन ने कि जे गुरु दयाल हो जाए दुख आउणगे ते सही पर दुखां नूं जानेगा नहीं तू दुख दुख लगेगा नहीं एदां लगेगा भी सुख ही है आनंद ही आनंद है बस दुख दारू सुख रोग पया जेड़े उहदे बन जांदे आ ना दुख उहनां वास्ते दारू बन जांदा है ते सुख उहनां दे रोग बन जांदे ने क्योंकि दुख विच रब याद आउंदा है ते रब सारे दुखां दा दारू इस करके दुख दारू है दुख विच रब रब करने आ आपां इस करके संगत जी सतगुरु होए दयाल ता दुख ना जानी है सतगुर होए दयाल ता हर रंग माणी है गुरु दयाल हो जाए हरी दे नाम दा रंग माने ही फिर जांदा है अखां बंद कीतियां चौंकड़े मारे फिर अखां खोल लईयां रस कोई ना बनिया ओ दयाल हो जाएगा ते रंग भी फिर चढ़दा है माणिया फिर जांदा है सिमरन दा रस फिर माणिया जांदा उन्ना चिर ते इदां लगदा भी साज वज रहे ने बस सिमरन हो रहा आपां नाल कर रहे हैं पर असली रस उन्हां नूं आउंदा जिहदे ते गुरु दयाल होवे जिहदे ते गुरु खुश होवे तेरे अगे कहिंदे ने सतगुर होए दयाल तां जम का डर के हा सतगुर होए दयाल तां सद ही सुख दे हा जे गुरु दयाल हो जाए फिर केड़ा जमा दा डर दुनिया जमा तो डरदी है मौत दा भय है पर मौत दा भी डर नहीं रहेगा जमा दा डर जमा दा अर्थ की है ध्यान दे ओ संगते आपां कहिंदे आ ना जमा दा डर जमा दा अर्थ है जन्म जम दा अर्थ है जन्म जन्मा तो बचा लैंदे ने महाराज तुसीं वेखोगे ਆਪਾਂ ਕਈ ਵਾਰੀ ਕਹਿੰਦੇ ਹਾਂ ਮੈਂ ਅੱਜ ਸਵੇਰੇ ਹੀ ਇੱਕ ਬਚਨ ਵੇਖ ਰਿਹਾ ਸਾਂ ਸ਼ਾਸਤਰ ਦੇ ਕਰਤਾ ਨੇ ਗੁਰਮੁਖ ਨੇ ਲਿਖਿਆ ਹੈ ਕਹਿੰਦੇ ਨੇ ਵੀ ਜਿਹੜਾ ਬੰਦਾ ਅਫੀਮ ਖਾਂਦਾ ਹੈ ਉਹਦੇ ਵਾਸਤੇ ਲਿਖਿਆ ਜਿਹੜਾ ਬੰਦਾ ਭੰਗ ਪੀਂਦਾ ਹੈ ਸੁੱਖਾ ਨਹੀਂ ਪੀਂਦੇ ਕਈ ਲੋਕ ਉਹਨਾਂ ਦੇ ਬਾਬਤ ਉਹਦੇ 'ਚ ਲਿਖਿਆ ਹੈ ਵੀ ਉਹ ਇੱਕ ਜਨਮ ਨਰਕ ਭੋਗਦਾ ਇੱਕ ਜਨਮ ਕੌਣ ਭੰਗ ਪੀਣ ਵਾਲਾ ਬੰਦਾ ਇੱਕ ਜਨਮ ਨਰਕ ਭੋਗਦਾ ਦੂਜੇ ਵਾਰੀ ਲਿਖਿਆ ਉਹਨਾਂ ਨੇ ਬਈ ਜਿਹੜਾ ਬੰਦਾ ਸਤ ਸੰਗਤ ਜੀ ਅਫੀਮ ਖਾਂਦਾ ਹੈ ਅਫੀਮ ਉਹ 10 ਜਨਮ ਨਰਕ ਭੋਗਦਾ ਅੱਗੇ ਲਿਖਿਆ ਜਿਹੜਾ ਬੰਦਾ ਸ਼ਰਾਬ ਪੀਂਦਾ ਹੈ ਸ਼ਰਾਬ ਉਹ 1000 ਜਨਮ ਨਰਕ ਭੋਗਦਾ ਹੈ ਤੇ ਜਿਹੜਾ ਬੰਦਾ ਤੰਬਾਕੂ ਖਾਂਦਾ ਨਾ ਜਰਦਾ ਤੰਬਾਕੂ ਉਹ ਅਸੰਖ ਜਨਮ
ਨਰਕ ਭੋਗਦਾ ਹੈ, ਭਾਵ ਕਿ ਇੰਨੇ ਨਰਕ ਇੰਨੇ ਜਨਮ ਭੋਗਦਾ ਵੀ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਤੁਸੀਂ ਕਹੋਗੇ ਵੀ ਜਨਮ ਕਿਵੇਂ ਨਰਕ ਭੋਗਦਾ? ਹੁਣ ਇੱਥੇ ਜਰਾ ਸਮਝਣਾ ਪਿਆਰਿਓ, ਜਨਮ ਦਾ ਅਰਥ ਜਮਾ ਦਾ ਅਰਥ ਹੈ ਜਨਮ। ਆਪਾਂ ਕਹਿੰਦੇ ਜਮਾ ਦੀ ਮਾਰ ਨਹੀਂ ਝੱਲੀ ਜਾਣੀ, ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ, ਕਬੀਰ ਜਮਕਾ ਠੇਂਗਾ ਬੁਰਾ ਹੈ, ਜਮਾ ਦੀ ਠੇਂਗਾ ਮਾਰ। ਜਮਾ ਦੀ ਮਾਰ ਕੀ ਹੈ? ਇਹਦਾ ਭਾਵ ਇਹ ਨਹੀਂ, ਇਹ ਤੇ ਠੀਕ ਹੈ, ਆਪਾਂ ਸਮਝਣ ਸਮਝਾਉਣ ਵਾਸਤੇ ਆਪਾਂ ਇੱਕ ਕਹਾਣੀ ਬਣਾਉਂਦੇ ਹਾਂ, ਇੱਕ ਉਸ ਵੇਲੇ ਆਪਾਂ ਸਮਝਣ ਸਮਝਾਉਣ ਵਾਸਤੇ ਪ੍ਰਮਾਣ ਦਿੰਦੇ ਹਾਂ ਵੀ ਜਮ ਆਉਂਦੇ ਨੇ ਫੜ ਕੇ ਲੈ ਜਾਂਦੇ ਨੇ, ਉਹ ਮਾਰਦੇ ਨੇ, ਉਹ ਕੁੱਟਦੇ ਨੇ, ਉਹ ਧਰਮਰਾਜ ਦੇ ਅੱਗੇ ਪੇਸ਼ ਕਰਦੇ ਨੇ। ਧਰਮ ਤੇ ਇੱਕ ਕਸਵੱਟੀ ਹੈ, ਧਰਮ ਤੇ ਇੱਕ ਕਸਵੱਟੀ ਹੈ, ਹਿਸਾਬ ਕਿਤਾਬ ਹੋਏਗਾ। ਚਿੱਤਰ ਗੁਪਤ ਕੀ ਹੈ? ਗੁਪਤ ਚਿੱਤਰ, ਇੱਕ ਚਿੱਤਰ ਹੈ ਆਹ ਸਰੀਰ, ਤੁਸੀਂ ਮੈਨੂੰ ਵੇਖ ਰਹੇ ਹੋ, ਇਹ ਹੈ ਮੇਰਾ ਪ੍ਰਤੱਖ ਸਾਹਮਣੇ ਵਾਲਾ ਚਿੱਤਰ ਜਿਹੜਾ ਤੁਹਾਨੂੰ ਦਿਸਦਾ, ਤੁਸੀਂ ਮੈਨੂੰ ਦਿਸਦੇ ਹੋ, ਇਹ ਸਾਹਮਣੇ ਵਾਲਾ ਚਿੱਤਰ ਦਿਸ ਰਿਹਾ ਨਾ ਸਰੀਰ, ਬਾਹਰਲਾ ਭੇਖ ਪਹਿਰਾਵਾ ਮੂੰਹ ਸਿਰ ਸਭ ਕੁਝ ਦਿਸਦਾ, ਇਹ ਤੇ ਚਿੱਤਰ ਹੈ ਪ੍ਰਤੱਖ, ਤੇ ਇੱਕ ਹੈ ਗੁਪਤ ਚਿੱਤਰ, ਗੁਪਤ ਜਿਹੜਾ ਦਿਸਦਾ ਨਹੀਂ, ਅਸੀਂ ਉਹਨੂੰ ਕੀ ਕਹਿੰਦੇ ਹਾਂ? ਚਿੱਤਰ ਗੁਪਤ। ਅਸਲ ਵਿੱਚ ਚਿੱਤਰ ਗੁਪਤ ਕੀ ਹੈ? ਉਹ ਕੰਮ ਜਿਹੜੇ ਤੇਰੇ ਲੋਕਾਂ ਨੂੰ ਪਤਾ ਹੀ ਨਹੀਂ ਗੁਪਤ ਨੇ। ਆਖੋ ਸਤਨਾਮ, ਉਹ ਚਿੱਤਰ ਤੂੰ ਜਿਹੜਾ ਲੋਕਾਂ ਸਾਹਮਣੇ ਨਹੀਂ ਨਾ ਲਿਆਂਦਾ, ਤੇਰਾ ਉਹ ਰੂਪ ਇਹ ਤੇ ਲੋਕਾਂ ਨੂੰ ਦਿਸਦਾ ਹੈ, ਪਰ ਤੇਰਾ ਉਹ ਰੂਪ ਜਿਹੜਾ ਦੁਨੀਆਂ ਨੂੰ ਨਹੀਂ ਦਿਸਦਾ ਉਹ ਹੈ ਗੁਪਤ ਰੂਪ, ਉਹਨੂੰ ਕਹਿੰਦੇ ਨੇ ਗੁਪਤ ਚਿੱਤਰ, ਜਿਹੜਾ ਤੈਨੂੰ ਨਹੀਂ ਦਿਸਦਾ ਪਰ ਉਹ ਅਕਾਲ ਪੁਰਖ ਨੂੰ ਦਿਸਦਾ ਹੈ, ਦੁਨੀਆਂ ਨੂੰ ਨਹੀਂ ਦਿਸਦਾ ਪਰ ਉਹ ਰੱਬ ਨੂੰ ਪਤਾ ਹੈ, ਤੇ ਉਹਦਾ ਇੱਕ ਦਿਨ ਹਿਸਾਬ ਕਿਤਾਬ ਹੋਏਗਾ। ਤੇਰਾ ਜਿਹੜਾ ਚਿੱਤਰ ਗੁਪਤ ਹੈ ਨਾ, ਤੇਰਾ ਗੁਪਤ ਰੂਪ ਬੋਲੇਗਾ ਵੀ ਆਹ ਆਹ ਕਰਤੂਤਾਂ ਕੀਤੀਆਂ ਨੇ, ਆਹ ਮਾੜੇ ਕੰਮ ਕੀਤੇ ਨੇ। ਫਿਰ ਕੀ ਹੋਏਗਾ? ਧਰਮ ਦੀ ਕਸਵੱਟੀ ਲਾ ਕੇ ਪਰਖਿਆ ਜਾਏਗਾ ਵੀ ਧਰਮ ਆਹ ਕਹਿੰਦਾ ਸੀ ਪਰ ਤੇਰਾ ਗੁਪਤ ਚਿੱਤਰ ਕਹਿੰਦਾ ਵੀ ਤੂੰ ਆਹ ਮਾੜਾ ਕੰਮ ਕੀਤਾ, ਆਹ ਕੀਤਾ, ਆਹ ਕੀਤਾ। ਤੈਨੂੰ ਧਰਮ ਦੀ ਕਸਵੱਟੀ ਨਾਲ, ਧਰਮ ਰਾਜ ਧਰਮ ਧਰਮ ਦੀ ਕਸਵੱਟੀ ਨਾਲ ਪਰਖਿਆ ਜਾਏਗਾ, ਆਹ ਵੀ ਮਾੜਾ, ਆਹ ਵੀ ਮਾੜਾ, ਆਹ ਵੀ ਮਾੜਾ। ਫਿਰ ਜਮਾਂ ਦੀ ਮਾਰ ਪਏਗੀ। ਹੁਣ ਜਮ ਕੀ ਨੇ? ਇਹ ਨੀ ਵੀ ਸਿੰਘ ਲੱਗੇ ਨੇ, ਜਿਵੇਂ ਫਿਲਮਾਂ ਬਣ ਗਈਆਂ, ਪ੍ਰੋਗਰਾਮ ਬਣ ਗਏ ਵੀ ਸਿੰਘਾਂ ਵਾਲੇ ਲੈਣ ਆਉਣਗੇ, ਵੀ ਤੇਰਾ ਸਰੀਰ ਤੇ ਇੱਥੇ ਰਹਿ ਗਿਆ, ਮਾਰ ਕਿਹਨੂੰ ਪੈ ਰਹੀ ਹੈ, ਕੁੱਟ ਕਿਹਨੂੰ ਪੈ ਰਹੀ ਹੈ? ਸਰੀਰ ਤੇ ਇੱਥੇ ਸੜ ਗਿਆ, ਰੂਹ ਨੂੰ ਕੁੱਟਿਆ ਜਾ ਰਿਹਾ, ਵਿੱਚੋਂ ਨਿਕਲੀ ਜਿਹੜੀ ਆਤਮਾ ਉਹਨੂੰ ਕੁੱਟਣਗੇ, ਉਹਨੂੰ ਮਾਰਨਗੇ। ਇਹ ਇਹ ਕਹਾਣੀਆਂ ਨੇ। ਕਹਾਣੀ ਦਾ ਅਰਥ ਕੀ ਹੁੰਦਾ? ਕਹਾ ਨਹੀਂ। ਕਹਾਣੀ ਦਾ ਅਰਥ ਕੀ ਹੈ? ਕਹਾ ਨਹੀਂ, ਕਹਾ ਨਹੀਂ ਹੈ, ਨਹੀਂ ਕਿਹਾ ਹੀ ਨਹੀਂ ਸਿਰਫ। ਅੱਛਾ, ਜੇ ਕਹਾ ਨਹੀਂ ਆਖਿਆ ਹੀ ਨਹੀਂ ਤੇ ਆਖਿਆ ਕਿਉਂ? ਜੇ ਹੈ ਤੇ ਹੈ ਨਹੀਂ ਕੁਛ, ਫਿਰ ਆਖਿਆ ਕਿਉਂ? ਆਖਿਆ ਇਸ ਕਰਕੇ ਵੀ ਗੱਲ ਸਮਝ ਵਿੱਚ ਪੈ ਜਾਏ, ਗੱਲ ਦਿਮਾਗ ਚ ਬਹਿ ਜਾਏ, ਅੰਦਰ ਇੱਕ ਭੈ ਬਣ ਗਿਆ, ਇੱਕ ਡਰ ਬਣ ਗਿਆ, ਲੋਕ ਰੱਬ ਰੱਬ ਕਰਨ ਲੱਗ ਪਏ। ਪਰ ਜਮਾਂ ਦੀ ਮਾਰ ਕੀ ਹੈ? ਜਮਾਂ ਦੀ ਮਾਰ ਹੈ ਜਨਮਾਂ ਦੀ ਮਾਰ। ਜਮਾਂ ਦਾ ਅਰਥ ਹੈ ਜਨਮ, ਜਨਮਾਂ ਦੀ ਮਾਰ। ਅੱਛਾ, ਹਿਸਾਬ ਕਿਤਾਬ ਹੋਏਗਾ, ਮਾੜੇ ਕੰਮ ਕੀਤੇ ਨੇ, ਜਾ ਦਸ ਜਨਮ ਤੂੰ ਭੰਗ ਪੀਂਦਾ ਰਿਹਾ ਨਾ, ਤੈਨੂੰ ਇੱਕ ਜਨਮ ਮਿਲੇਗਾ, ਭੋਗਣਾ ਪਏਗਾ ਨਰਕ। ਨਰਕ ਭੋਗਣ ਦਾ ਅਰਥ ਹੈ ਵੀ ਤੂੰ ਹੁਣ ਵੀ ਬੇਹੋਸ਼ ਹੋ ਕੇ ਫਿਰਦਾ ਰਿਹਾ। ਜਿਹੜਾ ਬੰਦਾ ਭੰਗ ਪੀਂਦਾ ਉਹਦਾ ਦਿਮਾਗ ਡੈਡ ਹੁੰਦਾ ਨਾ, ਉਹਨੂੰ ਪੂਰੀ ਸੋਝੀ ਨਹੀਂ ਹੁੰਦੀ, ਦੁਨੀਆ ਕੀ ਹੈ, ਡੋਰ ਭੌਰ ਜੇ ਹੋਏ ਫਿਰਦੇ, ਹੈ ਜੀ ਕਰਦੇ ਫਿਰਦੇ ਰਹਿੰਦੇ। ਉਹ ਜਿਹੜੇ ਲੋਕ ਨੇ, ਮੇਰੀ ਗੱਲ ਨੂੰ ਸਮਝਿਓ ਜਰਾ, ਉਹ ਆ ਜਨਮ ਹੈ ਨਾ ਜਿਹੜਾ ਉਹਨਾਂ ਦਾ, ਧਿਆਨ ਦਿਓ, ਆ ਜਨਮ ਹੈ। ਇਸ ਜਨਮ ਵਿੱਚ ਉਹ ਸੁੱਤੇ ਰਹੇ, ਉਹਨਾਂ ਦਾ ਇੱਕ ਜਨਮ ਹੋਰ ਹੋਏਗਾ ਵੀ ਉਹਨਾਂ ਦੀ ਸੁਰਤ ਸੁੱਤੀ ਹੋਈ ਰਹੇਗੀ, ਭੋਗ ਕੇ ਚਲੇ ਜਾਣਗੇ। ਜਨਮ ਹੋਏਗਾ ਅਗਲਾ, ਜਮ ਦੀ ਮਾਰ, ਭਾਵ ਕੇ ਜਨਮ ਦੀ ਮਾਰ ਖਾਣਗੇ ਉਹ, ਪਰ ਸੁਰਤ ਸੁੱਤੀ ਰਹੇਗੀ। ਏਦਾਂ ਹੀ ਬਸ ਆਏ ਜਿਹੋ ਜੇ ਨਾ ਆਏ, ਪਸ਼ੂਆਂ ਵਰਗੀ ਬਿਰਤੀ ਹੋਏਗੀ। ਪਸ਼ੂ ਨੇ ਨਾ ਜਿਹੜੇ ਗੁਰਮੁਖੋ, ਉਹ 50% ਸੁੱਤੇ ਹੋਏ ਨੇ, 50% ਜਾਗਦੇ ਨੇ। ਪਸ਼ੂਆਂ ਦੀ ਜਿਹੜੀ ਬਿਰਤੀ ਹੈ, 50% ਪਸ਼ੂ ਸੁੱਤਾ ਹੋਇਆ, 50% ਜਾਗਦਾ ਹੈ, ਤੇ ਮਨੁੱਖ ਥੋੜਾ ਜਿਹਾ ਉਹਦੇ ਨਾਲੋਂ ਵੱਧ ਜਾਗਦਾ। ਜਿਹੜਾ 100% ਜਾਗਦਾ ਉਹਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਨੇ ਦੇਵਤਾ, ਦੇਵਤਾ, ਦੇਵ ਰੂਹ।
ਚੰਗੀ ਰੂਹ ਕਿਉਂ ਉਹ ਕੌਣ ਹੈ ਉਹ ਨੇ ਗੁਰਮੁਖ ਸਾਧੂ ਜਿਹੜੇ ਪੂਰੀ ਤਰ੍ਹਾਂ ਜਾਗਦੇ ਨੇ ਜਿਨ੍ਹਾਂ ਦੀ ਸੁਰਤ ਜਾਗਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਉਹਨੂੰ ਕਹਿੰਦੇ ਹਾਂ ਦੇਵਤਾ ਤੇ ਜਿਹੜੇ 50% ਤੋਂ ਵੀ ਥੱਲੇ ਨੇ ਉਹਨੂੰ ਕਹਿੰਦੇ ਆ ਉਹ ਪਸ਼ੂਆਂ ਤੋਂ ਵੀ ਥੱਲੇ ਹੈ ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ ਅੰਮ੍ਰਿਤ ਦੇ ਨਾਮ ਵੇ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਉਹ 50% ਪਸ਼ੂ ਜਾਗਦਾ ਹੈ ਤੂੰ ਤੇ ਉਦੋਂ ਵੀ ਥੱਲੇ ਹੈ ਤੂੰ ਤੇ ਉਦੋਂ ਵੀ ਵੱਧ ਸੁੱਤਾ ਪਿਆ ਇਸ ਕਰਕੇ ਤੇਰੇ ਨਾਲੋਂ ਤੇ ਪਸ਼ੂ ਵੀ ਚੰਗਾ ਹੈ ਉਹ ਜਿਹੜੇ ਭੰਗ ਪੀਣ ਵਾਲੇ ਲੋਕ ਨੇ ਉਹਨਾਂ ਦਾ ਅਗਲਾ ਜਨਮ ਹੋਏਗਾ ਉਹ ਸੁੱਤੇ ਹੀ ਜ਼ਿੰਦਗੀ ਬਤੀਤ ਕਰ ਜਾਣਗੇ ਉਹ ਨਰਕ ਭੋਗਣਗੇ ਇੱਕ ਜਨਮ ਤੇ ਜਿਹੜੇ ਬੰਦੇ ਅਫੀਮ ਖਾਣ ਵਾਲੇ ਨੇ ਇਹ ਬੜਾ ਭੈੜਾ ਨਸ਼ਾ ਹੱਡੀ ਰਚ ਜਾਂਦਾ ਇਹਦੇ ਤੋਂ ਬਚਣਾ ਬੜਾ ਔਖਾ ਅਮਲੀ ਨਾ ਅਮਲ ਤਜਤ ਜੋ ਧਿਕਾਰ ਕੀਏ ਦੁੱਖ ਦੁੱਖ ਲੋਕ ਵੈਦ ਸੁਨਤ ਸ਼ਕਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਪੱਕੇ ਅਮਲੀ ਅਮਲ ਨਹੀਂ ਛੱਡ ਸਕਦੇ ਜਿਹੜਾ ਬੰਦਾ ਅਫੀਮ ਖਾਂਦਾ ਹੈ ਉਸ ਬੰਦੇ ਨੂੰ 10 ਜਨਮ ਨਰਕ ਭੋਗਣਾ ਪੈਣਾ ਭਾਵ ਕਿ ਇਸ ਜਨਮ ਵਿੱਚ ਸੁੱਤਾ ਰਿਹਾ ਨਾ ਨਸ਼ਾ ਖਾ ਕੇ ਤੈਨੂੰ ਪਤਾ ਹੀ ਨਹੀਂ ਲੱਗਾ ਦੌਰ ਭੌਰ ਹੋਇਆ ਫਿਰਦਾ ਰਿਹਾ ਮੈਂ ਮਸਤੀ ਚੜੀ ਪਈ ਕਾਹਦੀਆਂ ਮਸਤੀਆਂ ਇਹੋ ਜਿਹੀਆਂ ਕਾਹਦੀਆਂ ਮਸਤੀਆਂ ਜਿਹੜੀਆਂ ਨਸ਼ਿਆਂ ਨਾਲ ਲਈਆਂ ਜਾਣ ਨਾਮ ਦਾ ਨਸ਼ਾ ਹੋਣਾ ਚਾਹੀਦਾ ਚੇਤਨਤਾਈ ਜਾਗਰਤੀ ਸਪਿਰਿਟ ਜਿਹੜਾ ਉਹ ਜਿਹੜਾ ਨਾਮ ਨੇ ਭਰ ਦੇਣਾ ਹੈ ਉਹ ਨਸ਼ਿਆਂ ਨੇ ਨਹੀਂ ਭਰਨਾ ਤੇ ਸੰਗਤੇ ਜੇ ਖਾਂਦਾ ਰਿਹਾ ਅਫੀਮ ਤੇ ਯਾਦ ਰੱਖ 10 ਜਨਮ ਤੇਰੇ ਸੁੱਤੇ ਦੇ ਲੰਘ ਜਾਣਗੇ ਤੇਰੀ ਸੁਰਤ ਨਹੀਂ ਜਾਗੇਗੀ ਭਾਵੇਂ ਕੋਈ ਜਗਾਵੇ ਇੰਨਾ ਤੂੰ ਘੂਕ ਸੌ ਜਾਏਗਾ ਅਫੀਮ ਤੈਨੂੰ ਇੰਨਾ ਸਵਾਦ ਹੈਗੀ ਕਿ 10 ਜਨਮ ਤੇਰੇ ਹੋਣਗੇ ਪਰ ਤੈਨੂੰ ਕੋਈ ਉਠਾ ਨਹੀਂ ਸਕੇਗਾ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਕੇ ਮਰ ਜਾਏਗਾ 10 ਵਾਰੀ 10 ਜਨਮ ਇਹ ਸ਼ਸਤਰਾਂ ਦਾ ਲੇਖ ਹੈ ਗੁਰਮੁਖੋ 10 ਵਾਰੀ ਮਰੇਗਾ ਤੇਰੀ ਸੁਰਤ ਨਹੀਂ ਜਾਗੇਗੀ ਤੇ ਜਮਾਂ ਦੀ ਮਾਰ ਸਹਿਣੀ ਕੀ ਮੈਂ ਇੱਥੇ ਬੇਨਤੀ ਕਰਦੇ ਹਾਂ ਰੁਕ ਕੇ ਜਮਾਂ ਦੀ ਮਾਰ ਸਹਿਣੀ ਹੈ ਜਨਮਾਂ ਦੀ ਮਾਰ ਤੁਸੀਂ ਕਈ ਵੇਖੇ ਹੋਣਗੇ ਪਸ਼ੂ ਪੈਦਾ ਹੁੰਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਉਹ ਮਾਰ ਹੀ ਖਾਂਦੇ ਰਹਿੰਦੇ ਨੇ ਹੁਣ ਬਲਦ ਬਣ ਕੇ ਜੰਮਿਆ ਬਲਦ ਬਣ ਗਿਆ ਝੋਟਾ ਬਣ ਗਿਆ 4 ਪਾਮ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ ਪਸ਼ੂ ਬਣ ਗਿਆ ਇਹੋ ਜਿਹੀਆਂ ਜੂਨਾਂ ਤੁਸੀਂ ਗਧਿਆਂ ਨੂੰ ਵੇਖੋ ਗਧਾ ਸਾਰੀ ਜ਼ਿੰਦਗੀ ਮਾਰਾਂ ਹੀ ਖਾਂਦਾ ਰਹਿੰਦਾ ਜਨਮ ਤੋਂ ਲੈ ਕੇ ਮਰਨ ਤੱਕ ਉਹ ਮਾਰ ਸਹੇਗਾ ਇਸ ਕਰਕੇ ਇਹਨੂੰ ਕਹਿੰਦੇ ਨੇ ਜਨਮਾਂ ਦੀ ਮਾਰ ਇਹ ਹੈ ਜਮਾਂ ਦੀ ਮਾਰ ਇਹਦਾ ਅਰਥ ਇਹ ਨਹੀਂ ਵੀ ਬਚ ਗਏ ਜਮ ਤੇ ਹੁੰਦੇ ਹੀ ਨਹੀਂ ਜਮ ਨਹੀਂ ਹੁੰਦੇ ਜਨਮ ਤੇ ਹੁੰਦੇ ਨੇ ਆਖੋ ਸਤਨਾਮ ਜਮ ਨਹੀਂ ਹੁੰਦੇ ਪਰ ਜਨਮ ਤੇ ਹੁੰਦੇ ਨੇ ਜਨਮਾਂ ਨੂੰ ਹੀ ਸਤਿਗੁਰੂ ਨੇ ਜਮ ਕਿਹਾ ਜਨਮ ਨਹੀਂ ਹੁੰਦੇ ਜਮ ਤੇ ਹੈ ਨਾ ਜਨ ਬਾਰ ਬਾਰ ਜੰਮੇਗਾ ਬਾਰ ਬਾਰ ਮਰੇਗਾ ਕਿੰਨੀ ਵਾਰੀ ਜਨਮ ਹੋਏਗਾ ਜੇ ਗਧੇ ਦੀ ਜੂਨ ਚ ਪਏਗਾ ਹੋਰ ਕਿੰਨੀਆਂ ਨਿਖੇਧ ਜੂਨਾਂ ਨੇ ਹੁਣ ਸਰਾਲ ਜਿੱਥੇ ਪਈ ਹੈ ਅਜਗਰ ਵੇਖੋ ਅਜਗਰ ਦੀ ਜੂਨੀ ਕਿੱਦਾਂ ਦੀ ਹੈ ਸੱਪ ਇੱਦਾਂ ਦਾ ਹੈ ਵੀ ਜੇ ਕਿਸੇ ਨੂੰ ਡੰਗ ਮਾਰ ਜਾਏ ਤੜਫਾ ਦਿੰਦਾ ਹੈ ਉਹਦੇ ਤੇ ਅੰਦਰ ਜਾ ਰਹੇ ਹੋ ਆਪ ਕਿੰਨਾ ਕੁ ਤੜਫਦਾ ਹੋਣਾ ਨਾਲੇ ਪੈਰ ਵੀ ਨਹੀਂ ਢਿੱਡ ਘੜੀਸ ਕੇ ਤੁਰਦਾ ਉਹ ਕਿਹੋ ਜਿਹੀ ਜੂਨੀ ਹੈ ਜੇ ਜੰਮ ਨਹੀਂ ਤੇ ਜਨਮ ਤੇ ਹਨਣਾ ਤੇ ਅਸੀਂ ਬਚਣਾ ਇਹਦੇ ਤੋਂ ਕਿਵੇਂ ਬਚਿਆ ਜਾਏਗਾ ਕਬੀਰ ਜੰਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਮਾਂ ਦੀ ਮਾਰ ਜਨਮਾਂ ਦੀ ਮਾਰ ਸਹੀ ਨਹੀਂ ਜਾਏਗੀ 4 ਪੈਰ ਲੱਗਣਗੇ ਮੂੰਹ ਗੁੰਗਾ ਹੋਏਗਾ ਤੇਰੇ ਤੋਂ ਚੱਲਿਆ ਨਹੀਂ ਜਾਣਾ ਫਿਰ ਬਚੀਏ ਕਿਵੇਂ ਕਬੀਰ ਸਾਹਿਬ ਕਹਿੰਦੇ ਮੈਂ ਤੇ ਬਚ ਗਿਆ ਜੀ ਮੇਰਾ ਤੇ ਕਿਰਪਾ ਮੇਰਾ ਛੁਟਕਾਰਾ ਹੋ ਗਿਆ ਕਿਵੇਂ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਮੈਨੂੰ ਮੁਰਸ਼ਦ ਮਿਲ ਪਿਆ ਮੈਨੂੰ ਗੁਰੂ ਮਿਲ ਪਿਆ ਜਿਹਨੇ ਮੈਨੂੰ ਤਰੀਕਾ ਦੱਸਿਆ ਕਿ ਭਾਈ ਮਨੁੱਖ ਤੋਂ ਦੇਵਤਾ ਕਿਵੇਂ ਬਣਿਆ ਜਾਂਦਾ ਹੈ ਇਹ ਹੁਣ ਸਾਡੇ ਵੱਸ ਹੈ ਵੀ ਅਸੀਂ ਪਸ਼ੂ ਬਣਨਾ ਥੱਲੇ ਨੂੰ ਜਾਣਾ ਕਿ ਅਸੀਂ ਉੱਪਰ ਨੂੰ ਜਾਣਾ ਬੰਦਾ ਹੈ ਉਹ ਦੇਵਤਾ ਵੀ ਬਣ ਸਕਦਾ ਹੈ ਉਹ ਦੇਵਤਾ ਕੀ ਉਹ ਰੱਬ ਬਣ ਸਕਦਾ ਹੈ ਜਿਨ੍ਹਾਂ ਨਾ ਵਿਸਤਰੈ ਨਾਮ ਸੇਕ ਨੇ ਆ ਜਿਨ੍ਹਾਂ ਨੂੰ ਨਾਮ ਨਹੀਂ ਵਿਸਤਰਦਾ ਉਹ ਕਿਹੋ ਜਿਹੇ ਨੇ ਭੇਦ ਨਾ ਜਾਣੋ ਮੂਲ ਸਾਈਂ ਸਾਈਂ ਜਿਹੇ ਆ ਉਹ ਸਾਈਂ ਵਰਗਾ ਬਣ ਜਾਏਗਾ ਗੁਰ ਕਿਰਪਾ ਜਿਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਜਿਹਨੇ ਇਹ ਜੁਗਤੀ ਨੂੰ ਸਮਝ ਲਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਕਹਿੰਦੇ ਗੋਬਿੰਦ ਵਿੱਚ ਲੀਨ ਹੋ ਜਾਏਗਾ ਰੱਬ ਤੇ ਉਹਦੇ ਵਿੱਚ ਫਰਕ ਹੀ ਨਹੀਂ ਰਹਿ ਜਾਏਗਾ ਕੋਈ ਇਸ ਕਰਕੇ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ
अंचल लाए मैनू बचा लिया क्योंकि मैनू गुरु मिल पिया नहीं तो मैं बार बार जमना सी बार बार मरना सी हुण जमा दी मार चलनी औखी है कोई भी जून मिल जाए तुसी मैं एक दिन अखबार विच पढ़िया 20 करोड़ रुपए का कुत्ता 20 करोड़ विदेश विच एक कुत्ता विकया जिदी कीमत 20 करोड़ इंडिया च 10-10 लाख दे कुत्ते है गए साडे पंजाब विच मैं कुत्ते वेखे ने जिन्हों की कीमत 10 लाख दिल्ली बॉम्बे दे विच 50 लाख तक दे भी कुत्ते है गए है विदेशों में करोड़ों रुपए के कुत्ते ने मैनू तुहाडे चो कोई बंदा दसे भी इत्थों 50 लाख का कुत्ता कोई ले आए तो उन्हूं आखे कि मैं गुरु ग्रंथ साहब की हजूरी च लैके आना है 20 लाख के कुत्ते जां 50 लाख के कुत्ते मैं गुरु ग्रंथ साहब नूं मत्था टिकाणा है मैनू दसो मत्था टेकण दोगे कुत्ते अंदर कदे नहीं आउण दे ਤੁਸੀਂ ਕਹੋਗੇ ਕੁੱਤਾ ਤੇ ਕੁੱਤਾ ਹੀ ਹੈ ਭਾਵੇਂ 50 ਲੱਖ ਦਾ ਹੋਵੇ ਇੱਥੇ ਕੁੱਤਾ ਇੱਕ ਆ ਜਾ 10 ਸੇਵਾਦਾਰ ਭੱਜਦੇ ਨੇ ਮਾਰੋ ਇਹਨੂੰ ਕਿੱਥੇ ਅੰਦਰ ਆ ਵੜਿਆ ਹੈ ਕਿਸੇ ਨੂੰ ਨੇੜੇ ਲੱਗਣ ਦਾ ਅਧਿਕਾਰ ਕਰੋੜ ਰੁਪਏ ਦਾ ਕੁੱਤਾ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਲੱਗ ਸਕਦਾ ਉਹ ਦਾ 20 ਕਰੋੜ ਦਾ ਕੁੱਤਾ ਹੈ 20 ਕਰੋੜ ਦਾ ਨੇੜੇ ਲੱਗਣ ਦਿਆਂਗੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕਦੇ ਨਹੀਂ ਲੱਗਣ ਦਿਆਂਗੇ ਧਰ ਕੋਈ ਵੀ ਧਰਮ ਆਗਿਆ ਨਹੀਂ ਦਏਗਾ ਨਹੀਂ ਆ ਸਕਦਾ ਇਸੇ ਕਰਕੇ ਪਸ਼ੂਆਂ ਨੂੰ ਨਖਿੱਧ ਜੂਨੀ ਮਿਲੀ ਹੈ ਉਹ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਹੋਵੇ ਇੱਥੇ ਇੱਕ ਕੀੜਾ ਮਰ ਦੇ ਨੇੜੇ ਚਲਿਆ ਜਾਵੇ ਭੱਜ ਕੇ ਛੇਤੀ ਚੁੱਕ ਕੇ ਬਾਹਰ ਸੁੱਟ ਦਿਆਂਗੇ ਵੀ ਚੱਲ ਬਾਹਰ ਨਹੀਂ ਅਧਿਕਾਰ ਉਹਨਾਂ ਨੂੰ ਉਹ ਨਾਮ ਨਹੀਂ ਜਪ ਸਕਦੇ ਇਹ ਤੇ ਅਸੀਂ ਹੀ ਹਾਂ ਉਹ 20 ਕਰੋੜ ਦਾ ਕੁੱਤਾ ਇੱਥੇ ਨੇੜੇ ਨਹੀਂ ਆ ਸਕਦਾ ਇੱਥੇ ਸਾਡੀ ਕੀਮਤ ਕੀ ਹੈ ਪਿਆਰਿਓ ਪਰ ਭਾਵੇਂ ਤੁਸੀਂ ਚੋਰ ਕਰ ਲਓ ਚਪਾਵੇਂ ਗੁਰੂ ਸਾਹਿਬ ਨੂੰ ਲੈ ਕੇ ਜਾਣ ਵਾਸਤੇ ਅੱਗੇ ਲੱਗ ਕੇ ਸੇਵਾ ਕਰ ਲਈ ਧਿਆਨ ਦਿਓ ਸੰਗਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰਮਾਲੇ ਸਵਾਰ ਆ ਕੇ ਭਾਵੇਂ 5 ਪਿਆਰਿਆਂ ਚ ਲੱਗ ਜਾ ਜਿਹੜੀ ਮਰਜ਼ੀ ਧਿਆਨ ਸੰਗਤੇ ਇੱਧਰ ਹੀ ਰੱਖਿਓ ਭਾਵੇਂ ਜਿਹੜੀ ਮਰਜ਼ੀ ਸੇਵਾ ਕਰ ਲੈ ਇਹ ਕਿੱਡੀ ਵੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਇਹ ਕਿੱਡੀ ਵੱਡੀ ਬਖਸ਼ਿਸ਼ ਹੈ ਇਹ ਹੁਣ ਹੀ ਮੌਕਾ ਮਿਲਿਆ ਇਹ ਬਾਰ ਬਾਰ ਮੌਕਾ ਨਹੀਂ ਮਿਲੇਗਾ ਇਹ ਬਾਰ ਬਾਰ ਸਮਾਂ ਨਹੀਂ ਮਿਲੇਗਾ ਇਸੇ ਕਰਕੇ ਬਚਨ ਹੈ ਕਿ 4 ਪਾਮ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਈ ਹੈ ਕਹਿੰਦੇ ਤੂੰ ਉੱਠੇਗਾ ਤਾਂ ਮਾਰ ਪਏਗੀ ਜਦੋਂ ਉੱਠੇਗਾ ਤਾਂ ਮਾਰ ਪਏਗੀ ਬਹਿਗਾ ਤਾਂ ਮਾਰ ਪਏਗੀ ਕਹਿੰਦੇ ਉੱਠਦਿਆਂ ਬਹਿੰਦਿਆਂ ਮਾਰਾਂ ਹੀ ਪੈਣਗੀਆਂ ਫਿਰ ਕਿੱਥੇ ਮੂੰਹ ਲੁਕੋਏਗਾ ਆਖੋ ਸਤਨਾਮ ਗੱਜ ਕੇ ਆਖੋ ਫਿਰ ਮੂੰਹ ਕਿੱਥੇ ਲੁਕੋਏਗਾ ਉਹ ਮਾਰ ਪਏਗੀ ਤੇ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਕਈ ਜਨਮ ਇਦਾਂ ਦੇ ਹੁੰਦੇ ਨੇ ਸਾਰੀ ਜ਼ਿੰਦਗੀ ਮਾਰ ਹੀ ਖਾਈ ਜਾਂਦਾ ਬੰਦਾ ਉਹਨੂੰ ਕਹਿੰਦੇ ਨੇ ਜਮਾਂ ਦੀ ਮਾਰ ਅਗਲਾ ਜਨਮ ਤੀਸਰਾ ਚੌਥਾ ਪੰਜਵਾਂ 84 ਲੱਖ ਜੂਨ ਹੈ ਜਿਹਦੇ ਵਿੱਚ ਦੁੱਖ ਹੀ ਭੋਗਣਾ ਪੈਂਦਾ 84 ਲੱਖ ਇੰਨੇ ਜਨਮਾਂ ਦੀ ਮਾਰ ਖਾਣੀ ਪੈਂਦੀ ਹੈ ਜਮਾਂ ਦੀ ਮਾਰ ਖਾਣੀ ਪੈਂਦੀ ਹੈ ਫਿਰ ਜਾ ਕੇ ਦੁਬਾਰਾ ਮਨੁੱਖ ਦੇ ਹੀ ਮਿਲਦੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ ਤੇ ਵੇਲਾ ਹੋਣ ਆਇਆ ਹੈ ਇਹ ਸਮਾਂ ਹੋਣ ਆਇਆ ਹੈ ਆਹੀ ਵੇਲਾ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਰੰਜਾਮ ਲਾਗ ਭਵਜਲ ਤਰਨ ਕੈ ਉਹ ਕੋਈ ਇਹੋ ਜਿਹਾ ਸਰੰਜਾਮ ਉਦਮ ਸਰੰਜਾਮ ਕੰਮ ਕਰ ਲੈ ਜਿਹਦੇ ਨਾਲ ਭਵਜਲ ਤਰਿਆ ਜਾ ਸਕੇ ਜਿਹਦੇ ਨਾਲ ਜਨਮਾਂ ਦੀ ਜਮਾਂ ਦੀ ਫਾਹੀ ਕੱਟੀ ਜਾ ਸਕੇ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਮਾਇਆ ਦੇ ਰੰਗ ਵਿੱਚ ਰੰਗਿਆ ਗਿਆ ਤੇ ਜਨਮ ਤੇਰਾ ਇਹ ਬਿਰਥਾ ਜਾ ਰਿਹਾ ਜੇ ਆ ਜਨਮ ਵਿੱਚ ਤੇਰਾ ਭਲਾ ਨਾ ਹੋ ਸਕਿਆ ਫਿਰ ਬਾਰ ਬਾਰ ਜੰਮੇਗਾ ਬਾਰ ਬਾਰ ਮਰੇਗਾ ਤੇ 84 ਦਾ ਗੇੜ ਕੱਟਣ ਲਈ 7.5 ਅਰਬ ਸਾਲ ਲੱਗਦਾ ਹੈ 750 ਕਰੋੜ ਸਾਲ ਲੱਗਦਾ ਹੈ ਫਿਰ ਇਹ ਲੰਮਾ ਗੇੜਾ ਇੰਨੇ ਜਨਮ ਭਟਕ ਕੇ ਫਿਰ ਦੁਬਾਰਾ ਮਨੁੱਖ ਦੇ ਹੀ ਮਿਲੇਗੀ ਫਿਰ ਆ ਸਮਾਂ ਦੁਬਾਰਾ ਹੱਥ ਆਏਗਾ ਤੇ ਬੜਾ ਪਛਤਾਉਣਾ ਪਏਗਾ ਇਹ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਸੰਗਤ ਲੰਘਿਆ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਏਗਾ ਪਛਤਾਵਾ ਰਹਿ ਜਾਏਗਾ ਕਬੀਰ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਸ਼ਾ ਪਛਤਾਹੋਗੇ ਜਬ ਪ੍ਰਾਨ ਜਾਹੇਂਗੇ ਆ ਵੇਲਾ ਇਹਨੂੰ ਸੰਭਾਲਣਾ ਚਾਹੀਦਾ ਹੈ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇਲਾ
ਵਨ ਫਲ ਪਾ ਕੇ ਭੁਇੰਗ ਰਹਿ ਬੋਹਰ ਨਾ ਲੱਗੇ ਡਾਰ ਟੁੱਟ ਗਿਆ ਫਲ ਟਾਣੀ ਨਾਲੋਂ ਧਰਤੀ ਤੇ ਡਿੱਗ ਜਾਏ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਦੁਬਾਰਾ ਦਰਖਤ ਨਾਲ ਜੋੜ ਦੇਵੇ ਫਿਰ ਉਹਦੇ ਚੋਂ ਰਸ ਭਰੇ ਉਹ ਦੁਬਾਰਾ ਨਹੀਂ ਜੁੜੇਗਾ ਕਹਿੰਦੇ ਲੰਘਿਆ ਵੇਲਾ ਹੱਥ ਨਹੀਂ ਆਏਗਾ ਪਛਤਾਵਾ ਰਹਿ ਜਾਏਗਾ ਸੰਭਾਲ ਕਰਨੀ ਚਾਹੀਦੀ ਹੈ ਸਮੇਂ ਦੀ ਮਨੁੱਖ ਤਨ ਮਿਲਿਆ ਸੰਜਾਮ ਲਾਗ ਭਵਜਲ ਤਰਨ ਕਹਿ ਕੋਈ ਉੱਦਮ ਕਰ ਲੈ ਐਸੇ ਕੰਮ ਨੂੰ ਲੱਗ ਜਿਹਦੇ ਕਰਕੇ ਭਵਜਲ ਤਰਿਆ ਜਾ ਸਕੇ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਮਾੜੇ ਕਰਮ ਨੇ ਨਾ ਜਪ ਨਾ ਤਪ ਨਾ ਸੰਗਤ ਕੀਤੀ ਗੁਰਮੁਖਾਂ ਦੀ ਕਹੋ ਨਾਨਕ ਹਮ ਨੀਚ ਕਰਮਾ ਹੇ ਨਾਨਕ ਮੇਰੇ ਮਾੜੇ ਕਰਮ ਨੇ ਆਪਣੇ ਆਪ ਨੂੰ ਮਰ ਕਹਿੰਦੇ ਦਾਸ ਦੇ ਨਾਨਕ ਦੇ ਮਾੜੇ ਕਰਮ ਨੇ ਆਪਣੇ ਆਪ ਨੂੰ ਵੇਖੋ ਇੰਨੀ ਨਿਮਰਤਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਬਸ ਲਾਜ ਤੁਸੀਂ ਰੱਖੋ
आप जी ने लाज रखनी तुहाडे चरणा च आ गए हैं। आप जी कृपा करो, ये सानू बेनती करन दी जाच सिखाई है ते बेनती करते रहना चाहिए। साडे च कोई समर्था नहीं, असी अपनी ताकत नाल इस मोह दे चिकड़ चो निकल जांगे, इस अग चो निकल जांगे, इस दलदल चो निकल जांगे। साडा निकलना बड़ा मुश्किल है। सतगुरु हाथ दे रखो प्रभु नानक दे कर, हाथ दे रख डंडौत बंदन अनकबार सर्व कला समर्थ, हाथ डोलन ते रखो प्रभु नानक दे करार। डोलन तो जे बचा सकते हो ते आप जी ने बचाना है, सिर ते मेर परिया हाथ रखो तां जो साडा आवागमन मिट जाए ते एक जगह अपना मन खलारीए दर दर ते ना फिरीए। ते मेरे तो पहला तुसी सुन रहे सो कि गुरु अमरदास जी ने 12 साल बाबा अमरदास गुरु ते बाद च बनदे ने ना 12 साल गंगा ते इशनान कीता है पर गल नहीं ना बनी। 12 साल 12 तो भी वध साल समा इन्होंने गंगा दे इशनान ते लाए पर आनंद ना आया, शांति ना आई, तृप्ति ना हुई। पर लोग जा रहे ने, आपां भी जाओ, जांदे रहे जांदे रहे जांदे रहे, उह ते बस एक ब्रह्मचारी मिल पिया। जदों भाग जागणे हुण फिर कोई मिल पैंदा है, आखो सतनाम, फिर जाच आ जाती है, फिर संगत मिल जाती है, गुरमुखां दी संगत मिल जाती है। भाग जागणे सन ते कहिंदे ने मिल गए ब्रह्मचारी महात्मा ते नाल रहे गल्लां बातां कीतियां, प्रेम पै गया ते बैठिया बैठिया पुछ लिया, कहिंदे बाबा तेरा गुरु कौन, इन्नियां सोहणियां गल्लां करना है। कहिंदे गुरु वाला ते मैं बणिया ही नहीं अजे, गंगा ते इशनान कर लैने आ, मत्था टेक लैने आ, इत्थे इशनान कर लैने आ बस। ओ कहिंदे मैं तेरी नगुरे दी संगत कीती, मेरा जप तप कीता ते अज तक दा एवें ही गया बस। गुरमुखो आ बोल उस ब्रह्मचारी दे सीना विन्नया गया, गंगा तो आ गए, रात नूं नींदर नहीं देने, चैन नहीं। कहिंदे मना जे गुरु वाला हुंदा ते इन्ना कुछ क्यों सुनना पैंदा, आखो सतना। असीं ओही आ जिहड़े सुणी जांदे आ संगते, असीं ओही आ। बाबा ईश्वर सिंह जी दीआं टेपां सुणने आ, महापुरख सानूं कहिंदे ने नाम जपो भजन करो, ते आपां ही आ जिहड़े सुथरा बैठा सी, कथा हो रही सी, बाजां वाले कथा पै करन ते सुथरा सामणे बिहा सुणे पिया ते सुणदिआं सुणदिआं उहने परां नूं मूंह घुमा लिया, पिछा कर लिया मर्ज वल, कंड कर ली, मुंह परा नूं कर लिया। सारे हैरान हो गए, कहिंदे ओह तुसदरिया तेरी मत मारी गई है, मर्ज वल मुंह रख। कहिंदे तुसीं सारिआं ने मुंह कीते ने, कहिंदे असीं ते मुंह कीते ने, तूं क्यों मुंह परा नूं कर लिया। कहिंदे तकड़े ही हो जिहड़े सिद्धे ही खाई जांदे, मेरे तों नहीं खाधियां जांदियां, मेरे तों नहीं चलियां जांदियां, मैं ते कंड कर ली आ, मेरे मुंह ते पैंदियां ने चपेड़ां, ये मेरे तो नहीं चल हुंदियां। भाई रे भगतहीन काहे जग आया, पूरे गुरु की सेवना कीनी बिरथा जन्म गवाया, ये मेरे तो नहीं चलिया जांदा, ये ते तुसी तकड़े हो खा रहे हो, मैं नहीं खा सकदा। ते खिमा करना प्यारे, असी भी तकड़े हाँ। ब्रह्मचारी का बोल बोलिया, बाबा अमरदास जी की रातां की नींद उड़ गई, तू नगुरा, मैं तेरी संगत कर ली, तू नगुरा। बस उहने कहा बाबा जी मुड़ के नहीं सुते रात नूं, सानू पता नहीं किन्नी क वारी लोग कहिंदे ने कोई नहीं छकांगे, हस के टाल देने। इत्थों तक भी मैं लोग कहिंदे सुने ने, जिहड़ा बंदा चंगा चंगी सलाह देवे ना सगो उहदे ही पुठे तुर पैणगे। ओए नाम जपिया करो, भजन करिया करो, कोई नहीं बाबा जी इत्थों तुसीं लंघोगे तुहाडी पूछ फट गई, असीं लंघ जांगे। हुण पूछां ते डंगरां दे हुंदियां ने, पशुआं दे हुंदियां ने, ओह जिहड़ा समझाएगा उहनूं सगो पशु बना देंदे आ लोग। इदां दी बिरती है, ਇਦਾਂ ਦੇ ਸੁਭਾਅ ਨੇ ਸਾਡੇ ਤੇ ਸੰਗਤੇ। ਉਹ ਤੇ ਬਾਬਾ ਨਿਗੁਰਾ ਬਹੁਤ ਬਾਤਾਂ ਜਾਣਨ ਵਾਲੀ ਬਾਤ ਹੈ, ਬਹੁਤੀਆਂ ਗੱਲਾਂ ਆਉਂਦੀਆਂ ਨੇ ਕਈਆਂ ਨੂੰ, ਬੜਾ ਅੱਗੋਂ ਜਵਾਬ ਦਿੰਦੇ ਆ, ਨਹੀਂ ਜੀ ਨਹੀਂ ਜੀ ਨਹੀਂ ਜੀ, ਗੁਰਮਤ ਦੇ ਸਿਧਾਂਤਾਂ ਤੋਂ ਉਲਟ ਚੱਲਦੇ ਆ। ਪਰ ਬਾਬਾ ਜੀ ਦੀ ਰਾਤ ਦੀ ਨੀਂਦ ਉੱਡ ਗਈ, ਦਿਨ ਦਾ ਚੈਨ, ਉਹ ਇਹੀ ਕਹੀ ਜਾਇਆ ਕਰਨ, ਮੈਨੂੰ ਬ੍ਰਹਮਚਾਰੀ ਨੇ ਕਿਹਾ ਤੂੰ ਨਗੁਰਾ, ਉਹ ਮੇਰੇ ਤੋਂ ਦੂਰ ਭੱਜ ਗਿਆ, ਮੈਂ ਪਿੱਟਿਆ ਗਿਆ, ਮੇਰੀ ਸੇਵਾ ਕੀਤੀ ਐਵੇਂ ਗਈ, ਮੇਰਾ ਨਾਮ ਜਪਿਆ ਐਵੇਂ ਗਿਆ। ਬਸ ਫਿਰ ਲੱਗਣ ਲੱਗ ਗਈ, ਜਦੋਂ ਅੰਦਰ ਪਿਆਸ ਹੋਵੇ ਨਾ ਗੁਰਮੁਖੋ, ਜੇ ਉਹਨੇ ਤੜਪ ਭੇਜੀ ਹੈ ਤੇ ਕਦੇ ਆਪ ਵੀ ਆ ਜਾਏਗਾ, ਸਤਨਾਮ। ਮੈਨੂੰ ਕਈ ਸੱਜਣ ਮਿਲਦੇ ਨੇ, ਕਹਿੰਦੇ ਨਾਮ ਜਪਨੇ ਆ ਬਾਬਾ ਜੀ, ਕਦੇ ਮਿਲੇਗਾ ਵੀ ਰੱਬ? ਅਸੀਂ ਚੌਂਕੜਾ ਮਾਰ ਕੇ ਬਹਿੰਦੇ ਹਾਂ ਕਿ ਕਦੇ ਉਹ ਆਏਗਾ, ਸਾਡੇ ਸਿਰ ਤੇ ਹੱਥ ਰੱਖੇਗਾ, ਸਾਨੂੰ ਨਿਰਗੁਣ ਤੋਂ ਸਰਗੁਣ ਰੂਪ ਹੋ ਕੇ ਮਿਲੇਗਾ, ਸਾਨੂੰ ਆਪਣੇ ਵਿੱਚ ਮਿਲਾ ਲਵੇਗਾ, ਅਭੇਦਤਾ ਹੋ ਜਾਏਗੀ, ਸਮਾਈ ਹੋ ਜਾਏਗੀ, ਇਕਮਿਕਤਾ ਹੋ ਜਾਏਗੀ, ਕਈ ਪੁੱਛਦੇ ਆ। ਤੇ ਮੈਂ ਬੇਨਤੀ ਹਮੇਸ਼ਾ ਕਰਨਾ ਗੁਰਮੁਖਾ,
ਉਹਨੇ ਖਿੱਚ ਭੇਜੀ ਹੈ, ਇਹ ਵੀ ਤੇ ਉਹਦੀ ਕਿਰਪਾ ਹੀ ਹੈ। ਬੜੀ ਦੁਨੀਆ ਉਹ ਹੈ, ਏਦਾਂ ਹੀ ਇੱਕ ਦਿਨ ਚਕਚਿਖਾ ਤੇ ਸੜ ਜਾਣਗੇ, ਉਹਨਾਂ ਦੇ ਅੰਦਰ ਤੇ ਖਿੱਚ ਵੀ ਪੈਦਾ ਨਹੀਂ ਹੋਈ। ਤੂੰ ਬਹਿੰਦਾ ਤੇ ਹੈ, ਇਹ ਉਹਦੀ ਕਿਰਪਾ ਨਹੀਂ। ਜੇ ਚੌਂਕੜਾ ਮਾਰ ਕੇ ਨਿਤਨੇਮ ਕਰਨਾ, ਤੈਨੂੰ ਇਹ ਮੈਨੂੰ ਰੱਬ ਮਿਲੇ ਤੇ ਕਾਂਖੀ ਇੱਕ ਹੈ ਦਰਸ਼ ਤੁਹਾਰੋ, ਕਾਂਖੀ ਇੱਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਾਂਖੀ ਆਕਾਂਕਸ਼ਾ ਰੱਖਣ ਵਾਲਾ, ਆਕਾਂਕਸ਼ਾ ਕਿਹਨੂੰ ਕਹਿੰਦੇ ਨੇ? ਆਕਾਂਕਸ਼ਾ ਕਹਿੰਦੇ ਨੇ ਡਿਮਾਂਡ ਨੂੰ, ਇੱਛਾ ਨੂੰ। ਆਕਾਂਕਸ਼ਾ ਰੱਖਣ ਵਾਲੇ ਨੂੰ ਕਹਿੰਦੇ ਨੇ ਕਾਂਖੀ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹੇ ਰੱਬਾ, ਜਿਹੜਾ ਤੈਨੂੰ ਮਿਲਿਆ ਨਹੀਂ ਅਜੇ, ਮਿਲਾਪ ਨਹੀਂ ਹੋਇਆ, ਪਰ ਤੈਨੂੰ ਮਿਲਣ ਦਾ ਜਿਹੜਾ ਚਾਹਵਾਨ ਹੈ ਨਾ, ਉਹਦੀ ਮੈਨੂੰ ਸੰਗਤ ਬਖਸ਼ੀ, ਉਹਨੂੰ ਮਿਲਾਪ ਬਖਸ਼ੀ। ਕਿਉਂਕਿ ਮਿਲਿਆ ਭਾਵੇਂ ਅਜੇ ਨਹੀਂ, ਪਰ ਮਿਲਣ ਦਾ ਜੇ ਚਾਹਵਾਨ ਹੈ, ਉਹਦੀ ਸੰਗਤ ਬਖਸ਼ੀ, ਉਹਦੀ ਸੰਗਤ ਕਰਕੇ ਮੇਰਾ ਪਾਪੀ ਦਾ ਭਲਾ ਹੋ ਜਾਏਗਾ। ਕਾਂਖੀ ਇੱਕ ਹੈ ਦਰਸ਼ ਤੁਹਾਰੋ, ਜਿਹਨੂੰ ਸਿਰਫ ਇੱਕ ਹੈ ਦਰਸ਼, ਸਿਰਫ ਤੇਰੇ ਦਰਸ਼ਨਾਂ ਦੀ ਜਿਹਨੂੰ ਪਿਆਸ ਹੈ, ਉਹਦੀ ਸੰਗਤ ਬਖਸ਼, ਜਿਹਦੇ ਕਰਕੇ ਮੇਰਾ ਪਾਰ ਉਤਾਰਾ ਹੋ ਜਾਏ। ਕਾਂਖੀ ਬਣ ਜਾਣਾ ਛੋਟੀ ਗੱਲ ਨਹੀਂ। ਗੁਰਮੁਖੋ, ਜਿਹੜੇ ਨਾਮ ਜਪਦੇ ਨੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਅਜੇ ਮਿਲਾਪ ਨਹੀਂ ਹੋਇਆ, ਉਹ ਕੌਣ ਨੇ? ਉਹ ਕਾਂਖੀ ਨੇ, ਰੱਬ ਦੇ ਆਸ਼ਕ ਨੇ, ਮਿਲਾਪ ਚਾਹੁੰਦੇ ਨੇ ਪਰ ਮਿਲੇ ਹਜੇ ਨਹੀਂ। ਡਿਮਾਂਡ ਵਾਲੇ ਨੇ, ਇੱਛਾ ਵਾਲੇ ਨੇ ਵੀ ਮਿਲ ਪਵੇ। ਇੱਛਾ ਰੱਖਣੀ ਵੀ ਕੋਈ ਛੋਟੀ ਨਹੀਂ, ਜੇ ਤੜਪ ਭੇਜਦਾ ਕਦੇ ਆਪ ਵੀ ਆ ਜਾਂਦਾ, ਖਿੱਚ ਭੇਜੇਗਾ, ਜਿਉਂਦਿਆਂ ਨਾਲ ਮਿਲ ਆਏਗਾ ਤੇ ਬਾਅਦ ਵਿੱਚ ਲੈ ਜਾਏਗਾ, ਪਰ ਉਹ ਆਏਗਾ ਜ਼ਰੂਰ। ਤੇ ਮੈਂ ਅਰਜ ਕਰਨਾ, ਇਹਨੂੰ ਬਖਸ਼ਿਸ਼ ਮੰਨੋ। ਤੂੰ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ, ਬੜੀ ਦੁਨੀਆ ਜਿਹਨਾਂ ਨੂੰ ਨਿਤਨੇਮ ਦੀ ਦਾਤ ਨਹੀਂ ਮਿਲੀ। ਅੰਮ੍ਰਿਤ ਧਾਰੀ ਵੀ ਨੇ, ਫਿਰ ਵੀ ਨਹੀਂ ਮਿਲੀ। ਅੰਮ੍ਰਿਤ ਮਿਲ ਗਿਆ ਹੈ ਪਰ ਨਿਤਨੇਮ ਨਹੀਂ ਮਿਲਿਆ। ਅਜੇ ਵੀ ਇੱਦਾਂ ਦੇ ਲੋਕ ਵੀ ਹੈਗੇ ਆ। ਜੇ ਤੂੰ ਜੁੜਿਆ ਹੈ, ਨਿਤਨੇਮ ਕਰਨਾ ਹੈ, ਗੁਰਦੁਆਰੇ ਜਾਣਾ ਹੈ, ਤੈਨੂੰ ਨਿਤ ਆਪਣੇ ਸਤਿਗੁਰੂ ਦਰਸ਼ਨ ਬਖਸ਼ ਦਿੰਦੇ ਨੇ, ਤੇ ਇਹ ਵੀ ਕੋਈ ਛੋਟੀ ਜਿਹੀ ਦਾਤ ਨਹੀਂ ਸੰਗਤੇ। ਇਹਨੂੰ ਹੀ ਬੜੀ ਕਿਰਪਾ, ਉਹਦਾ ਸ਼ੁਕਰਾਨਾ ਕਰਿਆ ਕਰੋ ਸਤਿਗੁਰੂ। ਇੰਨੀ ਕਿਰਪਾ ਹੈ ਕਿ ਬਾਂਹ ਫੜੀ ਹੈ ਤੁਸੀਂ ਮੇਰੀ, ਤੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਜਿਹੜਾ ਨਿਤਨੇਮ ਕਰਦਾ ਉਹਨੇ ਗੁਰੂ ਨਾਨਕ ਨੂੰ ਆਪਣੀ ਬਾਂਹ ਫੜਾ ਦਿੱਤੀ ਹੈ। ਜਿਹੜਾ ਨਿਤਨੇਮ ਨਹੀਂ ਛੱਡਦਾ, ਗੁਰੂ ਨਾਨਕ ਉਹਦੀ ਬਾਂਹ ਨਹੀਂ ਛੱਡਦਾ। ਜਿਹਨੇ ਨਿਤਨੇਮ ਛੱਡ ਦਿੱਤਾ, ਉਹਨੇ ਗੁਰੂ ਨਾਨਕ ਤੋਂ ਆਪਣੀ ਬਾਂਹ ਖਿੱਚ ਕੇ ਛੁਡਾ ਲਈ ਹੈ, ਛੱਡ ਦਿੱਤੀ ਬਾਂਹ ਉਹਦੀ ਜਿਹਨੇ ਨਿਤਨੇਮ ਛੱਡ ਦਿੱਤਾ। ਤੇ ਨਿਤਨੇਮ ਕਰ ਰਹੇ ਹਾਂ, ਇੰਨਾ ਹੀ ਬੜਾ ਹੈ, ਅੱਗੇ ਵੀ ਮਿਹਰ ਜ਼ਰੂਰ ਹੋ ਜਾਏਗੀ, ਕਿਰਪਾ ਖਿੱਚ ਪਏਗੀ। ਤੇ ਮੰਗ ਸੰਗਤੇ, ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ, ਤੇ ਫਿਰ ਕਿਰਪਾ ਕਿਵੇਂ ਹੋਈ? ਬੀਬੀ ਅਮਰੋ, ਉਹ ਕੌਣ ਹੈ? ਇਹਨਾਂ ਦੇ ਚਾਚਾ, ਇਹਨਾਂ ਦੇ ਭਰਾ ਦੀ ਨੂੰ, ਭਤੀਜੇ ਨੂੰ ਵਿਆਹੀ ਹੋਈ ਬੀਬੀ ਅਮਰੋ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧੀ ਸੀ, ਤੇ ਇੱਕ ਪਾਸੇ ਸਵੇਰੇ ਮਧਾਣੀ ਪਾ ਲੈਂਦੀ ਸੀ, ਨਾਲ ਹੀ ਗੁਰਬਾਣੀ ਸ਼ੁਰੂ ਕਰ ਲੈਂਦੀ ਸੀ। ਤੇ ਬਾਬਾ ਅਮਰਦਾਸ ਜੀ ਦੇ ਕੰਨਾਂ 'ਚ ਆਵਾਜ਼ ਪੈ ਗਈ, ਉਹ ਤੇ ਅੱਗੇ ਹੀ ਤੜਪਦੇ ਸਨ, ਲੋਚਦੇ ਸਨ ਕਦੋਂ ਕੋਈ ਮਿਲੇ। ਬਸ ਜਦੋਂ ਕੰਨਾਂ 'ਚ ਆਵਾਜ਼ ਪਈ, ਏਦਾਂ ਗਏ ਜਿਵੇਂ ਸੱਪ ਬੀਣ ਤੇ ਮੇਲਣ ਲੱਗ ਪੈਂਦਾ, ਜਾਂਦਾ ਹੈ ਨਾ ਸੱਪ ਭੱਜਿਆ, ਏਦਾਂ ਗਏ ਭੱਜੇ। ਸ਼ਾਂਤੀ ਆ ਗਈ ਮਨ ਨੂੰ, ਸ਼ਾਂਤੀ ਆ ਗਈ ਭੜਕਦੇ ਮਨ ਨੂੰ, ਸਰੂਰ ਆ ਗਿਆ, ਆਨੰਦ ਆ ਗਿਆ। ਤੇ ਜਾ ਕੇ ਜਦੋਂ ਦਰਸ਼ਨ ਕੀਤੇ, ਬੀਬੀ ਚੌਂਕੜਾ ਮਾਰ ਕੇ ਬਾਣੀ ਪੜ੍ਹੇ, ਬੜਾ ਰਸ ਆਇਆ ਸੁਣਿਆ, ਬਾਣੀ ਸੁਣੀ। ਬਾਅਦ ਚ ਜਦੋਂ ਭੋਗ ਪਿਆ, ਉਹਨੇ ਵੇਖਿਆ ਵੀ ਮੇਰੇ ਸਹੁਰੇ ਦਾ ਭਰਾ ਖਲੋਤਾ, ਸਹੁਰਾ ਬਾਪੂ ਜੀ ਖਲੋਤੇ ਨੇ। ਉੱਠ ਕੇ ਲੱਗੀ ਮੱਥਾ ਟੇਕਣ, ਧੀਏ ਇਹ ਦੱਸ ਵੀ ਪੜ੍ਹਦੀ ਕੀ ਹੈ? ਕਹਿੰਦੀ ਜੀ ਬਾਪੂ ਜੀ ਬਾਣੀ, ਇਹ ਬਾਣੀ ਆਈ ਕਿੱਥੋਂ? ਧੁਰੋਂ, ਦਰਗਾਹੋਂ। ਲਿਆਂਦੀ ਕਿਹਨੇ? ਗੁਰੂ ਨਾਨਕ ਨੇ। ਤੇ ਗੁਰੂ ਨਾਨਕ ਦੇ ਮੈਨੂੰ ਦਰਸ਼ਨ ਕਰਾ ਜੀ ਦੀ ਬਾਣੀ ਏਡੀ ਮਿੱਠੀ, ਉਹ ਆਪ ਕਿਹੋ ਜਿਹਾ ਹੋਏਗਾ? ਮੈਂ ਉਹਦੇ ਦਰਸ਼ਨ ਕਰਨੇ ਨੇ। ਕਹਿੰਦੇ ਉਹ ਤੇ ਸੱਚਖੰਡ ਚਲੇ ਗਏ, ਮਾਯੂਸ ਹੋ ਗਏ। ਕਹਿੰਦੇ ਉਹਨਾਂ ਦੀ ਗੱਦੀ ਤੇ ਕੌਣ ਹੈ? ਕਹਿੰਦੀ ਉਹਨਾਂ ਦੀ ਗੱਦੀ ਤੇ ਤੁਹਾਡੇ ਕੁੜਮ ਤੇ ਮੇਰੇ ਪਿਤਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹ ਨੇ। ਬਸ ਫਿਰ ਗੁਰਮੁਖੋ ਕਹਿੰਦੇ ਚੱਲ ਧੀਏ, ਇੱਕ ਦਿਨ ਨਹੀਂ ਕੱਟਿਆ ਜਾਂਦਾ, ਹੁਣੇ ਤੁਰੀਏ ਖਡੂਰ ਸਾਹਿਬ। ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ ਦੁਨੀਆ ਸਭ ਭੁੱਲ ਜਾਂਦੀ ਹੈ। ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ ਦੁਨੀਆ ਸਭ ਭੁੱਲ ਜਾਂਦੀ ਹੈ। ਲਗਨ ਜਿਨ੍ਹਾਂ ਨੂੰ ਤੇਰੀ ਦੁਨੀਆ ਸਭ ਭੁੱਲ ਜਾਂਦੀ ਹੈ। ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ ਸਭ ਭੁੱਲ ਜਾਂਦੀ ਹੈ। ਲੱਗ ਗਈ ਲਗਨ ਜਿਨ੍ਹਾਂ ਨੂੰ ਤੇਰੀ
ਲਗ ਮੁਗਲਾ ਨੂੰ ਤੇਰੀ ਦੁਨੀਆ ਸਭ ਭੁੱਲ ਜਾਂਦੀ ਹੈ ਲੱਗ ਗਈ ਲਗਨ ਨੂੰ ਤੇਰੀ ਲੱਗ ਜਾਏ ਲਗਨ ਚੱਲ ਚੱਲੀਏ ਛੇਤੀ ਦਰਸ਼ਨ ਕਰਾ ਫਿਰ ਨੰਗੇ ਪੈਰੀ ਗਏ ਬੀਬੀ ਅਮਰੋ ਪਾਲਕੀ ਚ ਚਾਰ ਜਣੇ ਚੁੱਕ ਕੇ ਲਗਾਏ ਤੇ ਬਾਬਾ ਅਮਰਦਾਸ ਜੀ ਗਏ ਪੈਦਲ ਖਡੂਰ ਸਾਹਿਬ ਪਿਆਰ ਹੋਵੇ ਏਦਾਂ ਦਾ ਹੋਵੇ ਨੰਗੇ ਪੈਰੀ ਪਹੁੰਚੇ ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਦਾ ਦਰਬਾਰ ਸਜਿਆ ਬਾਹਰ ਖਲੋ ਗਏ ਬੀਬੀ ਅਮਰੋ ਗਈ ਅੰਦਰ ਗੁਰੂ ਅੰਗਦ ਦੇਵ ਕਹਿੰਦੇ ਬੁਲਾਇਆ ਉਹਨਾਂ ਨੂੰ ਜਿਨ੍ਹਾਂ ਨੂੰ ਲੈ ਕੇ ਆਈ ਹੈ ਜਾਣਦੇ ਨੇ ਦਿਲਾਂ ਦੀ ਏਦਾਂ ਲੱਗਦਾ ਜਿਵੇਂ ਉਡੀਕਦੇ ਸਨ ਪਏ ਹੁਣ ਵੇਖੋ ਜਰਾ ਪਿਆਰਿਓ ਇੱਥੇ ਸੁਣਿਓ ਬਾਬਾ ਅਮਰਦਾਸ ਜੀ ਦਾ ਸਤਿਕਾਰ ਕਰਨ ਲਈ ਗੁਰੂ ਅੰਗਦ ਦੇਵ ਮਹਾਰਾਜ ਉੱਠ ਕੇ ਖਲੋ ਗਏ ਕਿਉਂ ਬਾਬਾ ਅਮਰਦਾਸ ਜੀ ਮੁੰਡੇ ਵਾਲੇ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਧੀ ਵਾਲੇ ਨੇ ਤੇ ਫਰਜ਼ ਵੀ ਨਿਭਾਉਂਦੇ ਰਹੇ ਨੇ ਗੁਰੂ ਵੀ ਨੇ ਫਰਜ਼ ਵੀ ਨਿਭਾਏ ਨੇ ਆਪਣੇ ਬੱਚਿਆਂ ਪ੍ਰਤੀ ਪਰਿਵਾਰਾਂ ਵਾਲੇ ਫਰਜ਼ ਵੀ ਧੀ ਵਾਲੇ ਆ ਉਹ ਮੁੰਡੇ ਵਾਲੇ ਨੇ ਉੱਠ ਕੇ ਖਲੋ ਗਏ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਲਿਆਓ ਇੱਕ ਖੇਸ ਇੱਕ ਪੰਜ ਰੁਪਈਏ ਚਾਂਦੀ ਦੇ ਧਰ ਦਿੱਤੇ ਉੱਤੇ ਪੰਜ ਰੁਪਈਏ ਚਾਂਦੀ ਦੇ ਜਿਵੇਂ ਮਿਲਣੀ ਨਹੀਂ ਕਰਦੇ ਵੀ ਕੁੜਮ ਕੁੜਮ ਨੂੰ ਮਿਲਣ ਲੱਗੇ ਨੇ ਉੱਠ ਕੇ ਖਲੋਤੇ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਉੱਥੋਂ ਨਾ ਬਹਿ ਜਾਓ ਮੈਂ ਕੁੜਮ ਨਹੀਂ ਬਣ ਕੇ ਆਇਆ ਮੈਂ ਸੇਵਕ ਬਣ ਕੇ ਆਇਆ ਮੈਨੂੰ ਮੱਥਾ ਟੇਕਣ ਦਿਓ ਮੈਂ ਗਲਵੱਕੜੀ ਨਹੀਂ ਪਾਣੀ ਕੁੜਮ ਤੇ ਗਲਵੱਕੜੀਆਂ ਪਾਉਂਦੇ ਨੇ ਪਰ ਮੈਂ ਮੱਥਾ ਟੇਕਣਾ ਤੁਸੀਂ ਸਿਰ ਤੇ ਹੱਥ ਰੱਖੋ ਤੇ ਆ ਚਾਦਰ ਦੀ ਲੋੜ ਨਹੀਂ ਉਹ ਕੱਪੜਾ ਮੇਰੇ ਤੇ ਪਾ ਦਿਓ ਨਾਮ ਦਾ ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੂਪਤ ਮੇਰੀ ਉਹ ਕੱਪੜਾ ਪਾਓ ਜਿਹੜਾ ਜਨਮਾਂ ਜਨਮਾਂ ਦੇ ਪਾਪ ਢੱਕ ਲੈਂਦਾ ਹੈ ਇਹ ਕੱਪੜਾ ਤੇ ਪਾਟ ਜਾਏਗਾ ਸਾਲ ਦੋ ਸਾਲ ਬਾਅਦ ਉਹ ਚਾਦਰ ਪਾ ਦਿਓ ਜਿਹੜਾ ਮੇਰੇ ਪਾਪ ਢੱਕ ਲਵੇ ਤੇ ਉਹ ਮਾਇਆ ਦਿਓ ਜਿਹੜੀ ਕਦੇ ਮੁੱਕੇ ਨਾ ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਉਹ ਖਜ਼ਾਨਾ ਮੈਨੂੰ ਦੇ ਦਿਓ ਮੈਨੂੰ ਆ ਮਾਇਆ ਨਹੀਂ ਚਾਹੀਦੀ ਅਸਲੀ ਮਾਇਆ ਅਸਲੀ ਖਜ਼ਾਨਾ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸ ਹੈ ਤੇ ਨਰ ਗੁਣੀ ਗਹੀਰ ਜਿਸ ਧਨ ਨੂੰ ਪਾ ਕੇ ਗੁਣਾਂ ਦੇ ਸਾਗਰ ਬਣਿਆ ਜਾਂਦਾ ਹੈ ਗੁਣੀ ਗਹੀਰ ਉਹ ਧਨ ਮੈਨੂੰ ਦਿਓ ਜਿਹਦੇ ਕਰਕੇ ਆਨੰਦ ਹੀ ਆਨੰਦ ਆ ਜਾਏ ਜ਼ਿੰਦਗੀ 'ਚ ਮੈਂ ਸੇਵਕ ਬਣ ਕੇ ਆਇਆ ਮਹਾਰਾਜ ਮੈਂ ਕੁੜਮ ਨਹੀਂ ਬਣ ਕੇ ਆਇਆ ਬਸ ਆਪਣਾ ਬਣਾ ਲਓ ਬਸ ਹੁਣ ਤੇ ਹੀ ਬੇਨਤੀ ਹੈ ਜਿਵੇਂ ਰਵਿਦਾਸ ਜੀ ਦਾ ਭਗਤ ਜੀ ਦਾ ਬਚਨ ਹੈ ਲਿਖੇ ਵਿੱਚ ਲਾਇਓ ਜੀ ਜਨਮ ਲਿਖੇ ਵਿੱਚ ਲਾਇਓ ਜੀ ਜਨਮ ਤੁਮਾਰੇ ਲਿਖੇ ਵਿੱਚ ਲਾਇਓ ਜੀ
ਜੁੜਨ ਆਇਆ, ਕੁੜਮ ਨਹੀਂ ਸੇਵਕ ਬਣ ਕੇ ਆਇਆ। ਤੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਦੁਨੀਆਂ ਨੇ ਬੜੀਆਂ ਗੱਲਾਂ ਕਰਨੀਆਂ ਨੇ, ਕਹਿੰਦੇ ਮਹਾਰਾਜ ਲੋਕਾਂ ਦੀ ਪਰਵਾਹ ਨਹੀਂ ਕਰਨੀ, ਬਸ ਕਿਰਪਾ ਕਰੋ, ਮੈਂ ਨਹੀਂ ਦੁਨੀਆਂ ਦੀ ਪਰਵਾਹ ਕਰਦਾ, ਮਨਾਓ ਆਪਣਾ। ਫਿਰ ਉਹ ਸੇਵਾ ਵੇਖੋ ਪਿਆਰਿਓ, 60 ਸਾਲ ਦੀ ਉਮਰ ਚ ਗਏ ਨੇ, ਬਜ਼ੁਰਗ ਹੋ ਗਿਆ, ਦਾੜਾ ਚਿੱਟਾ ਸੀ, ਸਰੀਰ ਬਜ਼ੁਰਗ ਸੀ, ਤੇ 60 ਸਾਲ ਦੀ ਉਮਰ ਵਿੱਚ ਕਹਿੰਦੇ ਉਹ ਸੇਵਾ ਕਰਨੀ ਹੈ ਜਿਹੜੀ ਸਭ ਤੋਂ ਔਖੀ ਹੋਵੇ। ਸਾਰਾ ਦਿਨ ਲੰਗਰ ਚ ਸੇਵਾ, ਤੇ ਸਵੇਰੇ ਗੁਰੂ ਅੰਗਦ ਦੇ ਮਰ ਦਾ ਇਸ਼ਨਾਨ ਕਰਾਉਣ ਲਈ ਜਲ ਭਰ ਕੇ ਲਿਆਉਂਦੇ ਸੀ ਗਾਗਰ ਪਾਣੀ ਦੀ। ਤੇ ਕਈ ਇਤਿਹਾਸਕਾਰਾਂ ਨੇ ਤੇ ਇੱਥੋਂ ਤੱਕ ਵੀ ਲਿਖਿਆ ਕਿ ਪੁੱਠੇ ਪੈਰੀ ਜਾਂਦੇ ਸੀ ਕਿ ਮਰਜ ਵੱਲ ਕਿਤੇ ਮੇਰੀ ਪਿੱਠ ਨਾ ਹੋ ਜਾਏ, ਕੰਢ ਨਾ ਹੋ ਜਾਏ। ਤੁਰਦੇ ਵੀ ਬੈਕ ਸੀ, ਆਉਣਾ ਸਿੱਧਾ, ਜਾਣਾ ਪਿਛਾ ਨੂੰ, ਮਰਜ ਵੱਲ ਵੇਖਦਿਆਂ ਵੇਖਦਿਆਂ ਬੈਕ ਨੂੰ ਜਾਣਾ, ਫਿਰ ਇਸ਼ਨਾਨ ਆਪ ਕਰਨਾ, ਫਿਰ ਗਾਗਰ ਭਰ ਕੇ ਲਿਆ ਕੇ ਮਰ ਦਾ ਇਸ਼ਨਾਨ ਕਰਾਉਣਾ। ਏਦਾਂ ਫਿਰ 1 ਸਾਲ ਸੇਵਾ ਕੀਤੀ, 1 ਸਿਰਪਾਓ ਮਿਲਿਆ, ਬਖਸ਼ਿਸ਼ ਮਿਲੀ। ਸਿਰਪਾਓ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੀਤੇ ਹੋਏ ਪਾਪਾਂ ਨੂੰ ਢੱਕ ਲਵੇ, ਉਹ ਬਖਸ਼ਿਸ਼ ਦਾ ਨਾਂ ਹੈ ਸਿਰਪਾਓ, ਜਿਹੜਾ ਖੁਸ਼ ਹੋ ਕੇ ਮਿਲਦਾ ਗੁਰੂ ਦੀ ਖੁਸ਼ੀ, ਸੰਗਤ ਦੀ ਅਸੀਸ, ਗੁਰੂ ਦੀ ਅਸੀਸ। ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਪਾਪ ਇਹ ਸਰੀਰ ਨੇ ਕੀਤੇ ਨੇ, ਸਿਰ ਪਾਓ ਉਹ ਪਾਪਾਂ ਨੂੰ ਢੱਕ ਲਵੇ, ਪਰਦੇ ਪਾ ਲਵੇ ਸਾਰੇ, ਤੇ ਮੋਹ 1 ਸਿਰਪਾਓ। ਫਿਰ 2 ਸਾਲ ਸੇਵਾ ਕੀਤੀ, 2, ਫਿਰ 3, ਤੀਜੇ ਸਾਲ 3, 12 ਸਾਲ ਸੇਵਾ ਕੀਤੀ, 12 ਸਾਲ ਤੇ 12 ਸਿਰਪਾਓ। ਆਏ ਸਾਲ ਜਿਹੜਾ ਸਿਰਪਾਓ ਮਿਲਦਾ ਸੀ, ਸੀਸ ਤੇ ਸਜਾ ਲੈਂਦੇ ਸੀ, ਹਰ ਵਾਰੀ 12 ਬੰਨੇ ਹੋਏ ਸੀ ਸੀਸ ਤੇ 12 ਸਾਲਾਂ ਬਾਅਦ, 12 ਸਾਲ, 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। 12-12 ਸਾਲ ਲੱਗ ਜਾਂਦੇ ਆ, ਫਿਰ ਬਹਿਣ ਦਾ ਹੀ ਪਤਾ ਲੱਗਦਾ, ਬੋਲਣ ਦਾ ਹੀ ਪਤਾ ਲੱਗਦਾ ਸੰਗਤ ਵਿੱਚ ਬਹੀਦਾ ਕਿੱਦਾਂ। ਪਰ ਕਈ ਭਾਗੇ ਤੇ ਉਦੋਂ ਵੀ ਗਾਂਹ ਲੰਘੇ ਹੋਏ ਹੁੰਦੇ ਨੇ, ਉਮਰਾਂ ਗਾਲ ਦਿੰਦੇ ਨੇ, ਬੋਲਣ ਦਾ ਚਾਜੀ ਨਹੀਂ ਆਉਂਦਾ, ਉਮਰਾਂ ਲਾ ਦਿੰਦੇ ਨੇ ਗੁਰੂ ਦੇ ਚਰਨਾਂ 'ਚ, ਪਰ ਗੁਰਬਾਣੀ ਹਿਰਦੇ 'ਚ ਨਹੀਂ ਵੱਸਦੀ ਗੁਰਮੁਖੋ, ਬਸ ਉੱਪਰ ਉੱਪਰ ਹੀ ਰਹਿ ਜਾਂਦਾ ਸਾਰਾ ਕੁਛ। ਤੇ ਸੰਗਤ ਜੀ, ਧੰਨ ਗੁਰੂ ਅਮਰ ਅੰਗਦ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ, 12 ਸਾਲ ਲੱਗ ਗਏ, ਬਸ ਜੋ ਮੰਗ ਹੈ ਠਾਕੁਰ ਆਪਣੇ, ਤੇ ਫਿਰ ਮਰਜ ਕਿਹੜਾ ਛੁਪਾ ਕੇ ਰੱਖਦੇ ਨੇ, ਪਹਿਲਾਂ ਆਪਣਾ ਬਣਾ ਲਿਆ ਗੁਰੂ ਅੰਗਦ ਦੇਵ ਸਾਹਿਬ ਨੂੰ, 12 ਸਾਲ ਘਾਲਣਾ ਘਾਲੀ। 12 ਸਾਲ ਬਾਅਦ ਬਾਹਰ ਹਵਾ ਹਨੇਰੀਆਂ ਚੱਲਣ ਬੜੀਆਂ ਤੇਜ਼, ਅੱਖਾਂ 'ਚ ਘੱਟਾ ਪੈ ਰਿਹਾ ਸੀ, ਪਰ ਪਰਵਾਹ ਨਾ ਕੀਤੀ, ਚਲੇ ਗਏ। ਅੱਜ ਪਾਣੀ ਭਰਿਆ ਜਾਂਦੇ ਹੋਰ ਪਾਸੇ ਨੇ, ਹਵਾ ਖਿੱਚ ਕੇ ਹੋਰ ਪਾਸੇ ਲੈ ਜਾਂਦੀ ਹੈ, ਰਾਹ ਭੁੱਲ ਗਏ। ਬਾਹਰ ਇੱਕ ਉੱਥੇ ਘਰ ਸੀ, ਖੱਡੀ ਲਾਈ ਸੀ, ਕਿਸੇ ਜੁਲਾਹੇ ਦਾ ਪਰਿਵਾਰ ਰਹਿੰਦਾ ਸੀ, ਉਹਨਾਂ ਨੇ ਖੱਡੀ ਲਾਈ ਸੀ, ਤੇ ਉਹਨਾਂ ਨੇ ਬਾਹਰ ਇੱਕ ਕਿੱਲਾ ਗੱਡਿਆ ਸੀ, ਕਿੱਲੇ ਨਾਲ ਪੈਰ ਵੱਜ ਗਿਆ, ਖੱਡੀ ਦੇ ਵਿੱਚ ਡਿੱਗ ਪਏ। ਉਹ ਕਹਿੰਦਾ ਅੰਦਰ ਪਿਆ ਆਪਣੀ ਘਰ ਵਾਲੀ ਨੂੰ, ਭਾਗਵਾਨ ਹੈ ਬਾਹਰ ਕੋਈ ਚੋਰ ਨਾ ਹੋਵੇ, ਖੜਕਾ ਹੋਇਆ ਹੈ। ਕਹਿੰਦੀ ਚੋਰ ਕਾਹਦਾ ਹੈ, ਤੇ ਅਮਰੂ ਨਥਾਵਾਂ ਹੋਣਾ ਹੈ, ਰੋਟੀ ਪਿੱਛੇ ਟੁੱਕ ਪਿੱਛੇ ਕੁੜਮਾਂ ਦੇ ਘਰ ਤੁਰਿਆ ਫਿਰਦਾ ਹੈ, ਇਹਨੂੰ ਘਰ 'ਚ ਕੋਈ ਪੁੱਛਦਾ ਨਹੀਂ ਤਾਂ ਇੱਥੇ ਫਿਰਦਾ, ਏਦਾਂ ਬੋਲੀ ਮਾਰੀ, ਏਦਾਂ ਆਖਿਆ, ਤੇ ਸਹਾਰ ਗਏ ਖੱਡੀ ਵਿੱਚ ਪਏ। ਕਹਿੰਦੇ ਉਹ ਕਮਲੀਏ, ਨਥਾਵਾਂ ਤੇ ਪਹਿਲਾਂ ਹੁੰਦਾ ਸਾਂ, ਹੁਣ ਤੇ 12 ਸਾਲ ਹੋ ਗਏ ਨੇ, ਸਤਿਗੁਰੂ ਨੇ ਥਾਂ ਵਾਲਾ ਬਣਾ ਲਿਆ। ਕਮਲੀ ਕਹਿਣ ਦੀ ਦੇਰ ਸੀ, ਸੱਚਮੁੱਚ ਹੀ ਕਮਲੀ ਹੋ ਗਈ, ਉਹ ਬੀਬੀ ਸੱਚਮੁੱਚ ਕਮਲੀ ਹੋ ਗਈ, ਪਾਗਲ ਹੋ ਗਈ, ਵਾਲ ਪੁੱਟਣ ਲੱਗ ਪਈ ਆਪਣੇ, ਮੈਂ ਥਾਂ ਵਾਲਾ ਬਣ ਗਿਆ। ਮੈਂ ਅਰਜ਼ ਕਰਕੇ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਵਾਂ ਪਿਆਰਿਓ, ਕੋਠੀ ਬਣਾ ਲਈ, ਘਰ ਬਣਾ ਲਿਆ, ਸੰਗ ਮਰਮਰ ਲੱਗ ਗਿਆ, ਟੁਕੜੀਆਂ ਲੱਗ ਗਈਆਂ, ਪੱਥਰ ਘਰਾਂ 'ਚ ਪਾ ਲਿਆ, ਰੰਗ ਰੋਗਨ POP ਹੋ ਗਈ, ਸਭ ਕੁਝ ਹੋ ਗਿਆ, ਇੱਥੋਂ ਵਾਸਤੇ ਥਾਂ ਬਣ ਗਿਆ। ਜੇ ਨਹੀਂ ਬਣਿਆ ਤੇ ਅਸੀਂ ਦਿਨ ਰਾਤ ਫਿਕਰਾਂ 'ਚ ਪਏ ਹਾਂ ਵੀ ਬਣੇਗਾ ਕਦੋਂ, ਪਰ ਅੱਗੇ ਵਾਲੇ ਥਾਂ ਵਾਸਤੇ ਵੀ ਸੋਚੀਏ। ਤੇ ਮਹਾਰਾਜ ਕਹਿੰਦੇ ਨੇ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਏ ਠਾਓ ਮਿਲ ਜਾਂਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਲ ਜੇ ਪ੍ਰੇਮ ਪੈ ਜਾਏ, ਰੰਗੇ ਜਾਈਏ ਤੇ ਥਾਂ ਮਿਲ ਜਾਂਦਾ ਹੈ, ਤੇ ਠੀਕ ਗੱਲ ਸਮਝ 'ਚ ਆਈ, ਪਰ ਇਹ ਦੱਸੋ ਵੀ ਫਿਰ ਉਹ ਪ੍ਰੇਮ ਪਾਈਏ ਕਿਵੇਂ? ਉਹ ਕਹਿੰਦੇ ਨੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਓ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਓ। ਲੈ ਤੈਨੂੰ ਤਰੀਕਾ ਦੱਸ ਦਿੱਤਾ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਏ ਠਾਓ। ਕੰਨਾਂ ਨਾਲ ਸੁਣਿਆ ਕਰ, ਜੀਭ ਨਾਲ ਜਪਿਆ ਕਰ, ਅੱਖਾਂ ਨਾਲ ਦਰਸ਼ਨ ਕਰਿਆ ਕਰ, ਤੇ ਅੰਦਰ ਗੁਰੂ ਨੂੰ ਸਿਮਰਿਆ ਕਰ।
बस फिर थां मिल जाएगा। अगला थां बनाउण दा तरीका महाराज साहिब जी दसदे आ, कृपा करदे। ते इस करके संगत जीओ सौखा ढंग अजकल युग दे समय च नाम जपना। ते महाराज ने फिर वेखो खड्डी चो उठ के आए ते बाबा बुढ़ा जी नूं कहिंदे ने गुरु अंगद देव लै आओ अज अमर सिंह अमरदास नूं इशनान करा के लियाओ। इशनान करा के लियांदा उच्चे तखत ते बा के आखिया तू मेरा बन गया मैं तेरा बन गया, तू गुरु धारण करन आया सै पर अज मैं तेनूं अपना गुरु मानना। आले दुआले मथा परिक्रमा पंज करके पंज पैसे एक नारियल रख के मथा टेकिया। कहिंदे लो बाबा अमरदास जी जे तुसी मैनूं अपना बनाया है ते मैं अज तो तुहाडा बन गया। ये गुरु नानक दे घर दे मालक अज तो तुसी हो गए। ये गद्दी अज तो तुहाडी है। तुसी इस आसन ते बैठो। इस आसन ते बैठे हुण तुसी सोहणे लगदे हो। गुरमुखो किन्नी गल ना घाली ते किरपा हो गई। औखी घड़ी ना देखण देई अपना बिरद संभाले हाथ दे राखे अपने को। ਆਪਣਿਆਂ ਨੂੰ ਰੱਖਦਾ ਹੈ ਸਾਸ ਸਾਸ ਪ੍ਰਤਪਾਲੇ। ਸਾਸ ਸਾਸ ਮਹਾਰਾਜ ਆਪਣਿਆਂ ਸੇਵਕਾਂ ਦੀ ਪ੍ਰਤਪਾਲਣਾ ਕਰਦੇ ਆ, ਬਖਸ਼ਿਸ਼ ਕਰਦੇ ਆ, ਉਹਦਾ ਕੋਈ ਬਣੇ ਸਹੀ। ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੋ ਸਿੱਖ ਮੰਗਦਾ ਉਹ ਮਿਲੇਗਾ ਪਰ ਪਹਿਲਾਂ ਉਹਨੂੰ ਆਪਣਾ ਬਣਾ ਲਈਏ। ਆਪਣਾ ਬਣ ਜਾਏਗਾ ਫਿਰ ਗੁਰੂ ਨਾਨਕ ਦੇ ਘਰ ਦੀਆਂ ਚਾਬੀਆਂ ਹੀ ਤੇਰੇ ਕੋਲ ਨੇ, ਖਜ਼ਾਨਾ ਹੀ ਤੇਰੇ ਕੋਲ ਹੈ, ਸਭ ਕੁਝ ਹੀ ਤੇਰੇ ਕੋਲ ਹੈ। ਬਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਿਹਰ ਰੱਖਣ, ਜੁੜਨ ਦੀ ਲੋੜ ਹੈ। ਤੇ ਨਾਮ ਦੀ ਦਾਤ ਲੈਣ ਵਾਸਤੇ ਅੰਮ੍ਰਿਤ ਛਕਣਾ ਪੈਂਦਾ। ਗੁਰੂ ਘਰ ਦੀ ਚਾਲੀ ਹੈ ਨਾਮ ਲੈਣਾ। ਤੇ ਨਾਮ ਕੌਣ ਦਿੰਦੇ ਨੇ? ਪੰਜ ਪਿਆਰੇ। ਪੰਜ ਪਿਆਰਿਆਂ ਕੋਲੋਂ ਨਾਮ ਦੀ ਦਾਤ ਲੈ ਕੇ ਫਿਰ ਸਿੰਘ ਸਜਿਆ ਜਾਂਦਾ ਹੈ। ਪਰਸੋਂ ਦਾ ਇੱਥੇ ਲਾਸਟ ਦੀਵਾਨ ਹੈ ਤੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਪੰਜ ਪਿਆਰਿਆਂ ਵੱਲੋਂ ਨਾਮ ਦੀ ਦਾਤ ਮਿਲੇਗੀ। ਤੇ ਮੇਰੀ ਅਰਜ ਸੰਗਤ ਦੇ ਚਰਨਾਂ 'ਚ ਇਹ ਹੈ, 10 ਜਨਮ ਮਿਲਦੇ ਨੇ, 10 ਜਨਮ ਅਫੀਮਾ ਖਾਣ ਵਾਲਿਆਂ ਨੂੰ ਭੋਗਣੇ ਪੈਂਦੇ ਨੇ ਨਰਕਾਂ ਦੇ, ਲਿਖਿਆ ਇੱਕ ਜਨਮ ਭੰਗਾਂ ਪੀਣ ਵਾਲਿਆਂ ਨੂੰ, ਗੁਰਮੁਖੋ 1000 ਜਨਮ ਸ਼ਰਾਬ ਪੀਣ ਵਾਲਿਆਂ ਨੂੰ। ਪਰ ਕਿਰਪਾ ਹੋ ਜਾਏਗੀ, ਨਹੀਂ ਜਮਾਂ ਦੀ ਮਾਰ ਖਾਣੀ ਪਏਗੀ। ਜਿੰਨੀਆਂ ਗਲਤੀਆਂ ਕੀਤੀਆਂ ਸਭ ਮਾਫ ਜਦੋਂ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਲੈਂਦੇ ਹੋ। ਪਿੱਛੇ ਜੋ ਹੋ ਗਿਆ ਹੋ ਗਿਆ, ਆਗੇ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਇੱਕ ਵਾਰੀ ਸਾਰੀ ਮਾਫੀ ਮਿਲ ਜਾਏਗੀ। ਵੀ ਲੈ ਬਈ ਅੱਜ ਤੋਂ ਮਾਫ, ਅੱਗੇ ਤੋਂ ਨਾ ਇਹ ਕੰਮ ਕਰੀ। ਤੇ ਮੇਰੀ ਬੇਨਤੀ ਇਹ ਸਾਰੀ ਸੰਗਤ ਦੇ ਚਰਨਾਂ 'ਚ ਆ, ਪਿਆਰਿਓ ਜ਼ਰੂਰ ਬਖਸ਼ਾ ਲੈਣਾ ਚਾਹੀਦਾ, ਜ਼ਰੂਰ ਮਾਫੀ ਮੰਗ ਲੈਣੀ ਚਾਹੀਦੀ। ਅੰਮ੍ਰਿਤ ਛਕਣਾ ਕੀ ਹੈ? ਆਪਣਿਆਂ ਗੁਨਾਹਾਂ ਤੋਂ ਤੌਬਾ ਕਰਨੀ, ਮੁੜ ਕੇ ਨਹੀਂ ਕਰਾਂਗਾ। ਭੁੱਲਾਂ ਤੋਂ ਤੌਬਾ ਕਰਨੀ ਵੀ ਅੱਗੇ ਤੋਂ ਨਹੀਂ ਕਰਾਂਗਾ। ਬਸ ਉਸ ਤੋਂ ਬਾਅਦ ਆਪਣੇ ਜੀਵਨ ਵਿੱਚ ਸੰਜਮ ਲੈ ਆਈਏ, ਧਰਮ ਪਾਲੀਏ। ਧਿਆਨ ਦਿਓ ਸੰਗਤੇ, ਜਿਹੜਾ ਧਰਮ ਪਾਲਦਾ ਧਰਮ ਫਿਰ ਉਹਨੂੰ ਪਾਲਦਾ। ਧਰਮ ਪਾਲਣਾ ਕੀ ਹੈ? ਧਰਮ ਦੀ ਪਾਲਣਾ ਕਰਨੀ, ਧਰਮ ਦੇ ਅਸੂਲਾਂ ਤੇ ਚੱਲਣਾ, ਧਰਮ ਦੇ ਸਿਧਾਂਤਾਂ ਤੇ ਚੱਲਣਾ। ਜਿਹੜਾ ਬੰਦਾ ਧਰਮ ਪਾਲੇਗਾ ਧਰਮ ਫਿਰ ਉਸ ਬੰਦੇ ਨੂੰ ਪਾਲੇਗਾ। ਇਸ ਕਰਕੇ ਆਓ ਧਰਮੀ ਬਣਨਾ ਜ਼ਰੂਰੀ ਹੈ। ਮੈਂ ਬਹੁਤ ਬੇਨਤੀਆਂ ਕਰਾਂਗਾ ਕੱਲ੍ਹ ਦੇ ਦੀਵਾਨ 'ਚ ਤੇ ਪਰਸੋਂ। ਇੱਕ ਬੇਨਤੀ ਜ਼ਰੂਰੀ ਕਿ ਵੇਲੇ ਨਾਲ ਆਉਣਾ, ਲੇਟ ਨਹੀਂ ਕਰਨਾ। ਵੇਲੇ ਨਾਲ ਆਉਣਾ ਹੈ, ਲੇਟ ਨਹੀਂ ਕਰਨਾ, ਇਹ ਸੰਗਤ ਨੂੰ ਬੇਨਤੀ ਹੈ। ਲੁਹਾਰੇ ਵਿੱਚ ਅੱਗੇ ਵੀ ਦੀਵਾਨ ਮੇਰਾ ਖਿਆਲ ਹੈ 2 ਦਫ਼ਾ ਲੱਗੇ, 3 ਵਾਰੀ ਹੁਣ ਲੱਗ ਰਹੇ ਨੇ। ਮਹਾਰਾਜ ਸਾਹਿਬ ਜੀ ਦੀ ਕਿਰਪਾ ਹੈ ਤੇ ਭਾਈ ਅਮਰਜੀਤ ਸਿੰਘ ਅਮਰੀਕਾ ਰਹਿੰਦੇ ਨੇ, ਉਹਨਾਂ ਦਾ ਵੱਡਾ ਉਦਮ ਸਹਿਯੋਗ ਸਾਰੇ ਪਿੰਡ ਦਾ ਹੈ। ਲੁਹਾਰਾ ਦਾ ਬੱਚਾ ਬੱਚਾ ਬਹੁਤ ਸੇਵਾ ਕਰਦਾ, ਪ੍ਰਬੰਧਕ ਕਮੇਟੀ ਗੁਰਦੁਆਰੇ ਦੀ ਦਿਨ ਰਾਤ ਮਿਹਨਤ ਕਰਦੀ। ਪਰ ਭਾਈ ਅਮਰਜੀਤ ਸਿੰਘ ਸਾਰੇ ਬਾਹਰੋਂ ਰਹਿ ਕੇ ਉਹ ਬੜਾ ਸੋਹਣਾ ਨਾਲ ਉਪਰਾਲਾ ਕਰਦੇ ਨੇ। ਤੇ ਇੱਥੋਂ ਦੀ ਸੰਗਤ ਦਾ ਇੱਕ ਵੱਡਾ ਉਪਰਾਲਾ ਜਿਹੜਾ ਪਰਸੋਂ ਹੋ ਰਿਹਾ ਉਹ ਇਹ ਵੀ ਇੱਥੋਂ ਦਾ ਦੀਵਾਨ MH1 ਚੈਨਲ ਤੇ ਲਾਈਵ ਟੈਲੀਕਾਸਟ ਕੀਤਾ ਜਾਣਾ, ਇੱਥੋਂ ਦੇ ਪ੍ਰੋਗਰਾਮ ਨੂੰ ਅਮਰੀਕਾ ਤੱਕ, ਕੈਨੇਡਾ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਨੇ ਸਾਰਿਆਂ ਨੇ ਵੇਖਣਾ ਪਰਸੋਂ ਵਾਲਾ ਪ੍ਰੋਗਰਾਮ, ਸਾਰਿਆਂ ਨੇ ਵੇਖਣਾ। ਘੱਟ ਤੋਂ ਘੱਟ ਵੀ ਜੇ ਬਹੁਤਾ ਨਹੀਂ ਤੇ 40-50 ਲੱਖ ਲੋਕ ਉਸ ਪ੍ਰੋਗਰਾਮ ਨੂੰ ਸੰਗਤ ਘਰਾਂ 'ਚ ਬਹਿ ਕੇ ਸੁਣੇਗੀ। ਤੇ ਮੇਰੀ ਬੇਨਤੀ ਹੈ ਵੀ ਵੱਧ ਚੜ੍ਹ ਕੇ ਆਪ ਜੀ ਨੇ ਕੱਲ੍ਹ ਵੀ ਤੇ ਪਰਸੋਂ ਦੋਵੇਂ ਦਿਨ ਇਸੇ ਤਰ੍ਹਾਂ ਇੱਥੇ ਦਰਸ਼ਨ ਦੇਣੇ ਨੇ। ਕੱਲ੍ਹ ਦਾ ਦੀਵਾਨ ਹੈ ਜਿਹੜਾ ਉਹ ਵੀ ਉਵੇਂ ਜਿਵੇਂ 8:30 ਵਜੇ ਦਾਸ ਆਏਗਾ, ਜਥਾ ਉਦੋਂ ਪਹਿਲਾਂ ਆ ਜਾਏਗਾ। ਬਾਕੀ ਪਰਸੋਂ ਦਾ ਦੀਵਾਨ ਵੀ ਇੱਦਾਂ ਹੀ ਚੱਲੇਗਾ। ਸਾਰੀਆਂ ਸੰਗਤਾਂ ਨੇ ਦੋਵੇਂ ਦਿਨ ਦਰਸ਼ਨ ਦੇਣੇ ਨੇ ਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਣਾ। ਜਿਹੜੇ ਅੰਮ੍ਰਿਤ ਛਕਣ ਨੂੰ ਮਨ ਬਣਾ ਰਹੇ ਨੇ, ਤਿਆਰੀ ਕਰ ਰਹੇ ਨੇ, ਤਿਆਰੀ ਕਰੋ। ਪਰਸੋਂ ਅੰਮ੍ਰਿਤ ਛਕਣ ਵਾਲਿਆਂ ਨੂੰ ਸਿਰਫ ਇਹਨਾਂ ਨੇ ਨਹੀਂ ਵੇਖਣਾ,
ਇਹਨਾਂ ਨੇ ਹੀ ਨਹੀਂ ਵੇਖਣਾ, ਲੱਖਾਂ ਸੰਗਤਾਂ ਨੇ ਆਪਣੇ ਘਰਾਂ 'ਚ ਬਹਿ ਕੇ ਵੀ ਵੇਖਣਾ ਵੀ ਇਹ ਅੰਮ੍ਰਿਤ ਛੱਕ ਕੇ ਆਇਆ, ਕਿਉਂਕਿ ਉਹ ਕੈਮਰੇ ਮਾਰਦੇ ਨੇ, ਸਾਰਿਆਂ ਦਾ ਪਤਾ ਲੱਗਦਾ ਵੀ ਆਹ ਗੁਰਮੁਖ ਅੰਮ੍ਰਿਤਧਾਰੀ ਬਣਿਆ, ਆਹ ਸਿੰਘ ਸਜਿਆ। ਤੇ ਮੇਰੀ ਬੇਨਤੀ ਹੈ, ਇਹ ਉਹ ਇੱਕ ਇਤਿਹਾਸਕ ਦਿਨ ਹੈ ਇਸ ਪਿੰਡ ਦਾ, ਜਿਸ ਦਿਨ ਉਹ ਲਾਸਟ ਦਿਨ ਅੰਮ੍ਰਿਤ ਸੰਚਾਰ ਹੋਣਾ ਹੈ। ਤੇ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹੀਦੀ ਨੂੰ ਇਹ ਪ੍ਰੋਗਰਾਮ ਸਮਰਪਿਤ ਹੈ। ਉਹ ਆਪਾਂ ਵਿਸ਼ਾ ਕੱਲ੍ਹ ਪਰਸੋਂ ਦੋਨਾਂ ਦੀਵਾਨਾਂ 'ਚ ਬੇਨਤੀ ਕਰਾਂਗੇ, ਆਉਣ ਵਾਲੇ ਦੀਵਾਨਾਂ 'ਚ। ਅੱਜ ਪਹਿਲਾ ਹੀ ਦਿਨ ਸੀ, ਬਹੁਤਿਆਂ ਨੂੰ ਵੀ ਭੁਲੇਖਾ ਹੁੰਦਾ ਵੀ ਪਤਾ ਨਹੀਂ ਪਹਿਲੇ ਦਿਨ ਬਾਬਿਆਂ ਨੇ ਆਉਣਾ ਹੈ ਕਿ ਨਹੀਂ ਆਉਣਾ, ਐਵੇਂ ਗਈਏ ਜਾਈਏ ਨਾ ਜਾਈਏ। ਪਰ ਮੈਂ ਇਹ ਬੇਨਤੀ ਤੁਹਾਨੂੰ ਆਈ ਵਾਰੀ ਕਰਨਾ ਵੀ ਮੇਰੀ ਗੱਲ ਸੁਣੋ ਪਿਆਰਿਓ, ਅਸੀਂ ਬਾਬਿਆਂ ਕਰਕੇ ਗੁਰਦੁਆਰੇ ਨਹੀਂ ਜਾਣਾ, ਅਸੀਂ ਬਾਬਿਆਂ ਕਰਕੇ ਦੀਵਾਨ 'ਚ ਨਹੀਂ ਜਾਣਾ, ਅਸੀਂ ਆਪਣੇ ਭਲੇ ਲਈ ਜਾਣਾ ਹੈ। ਅੱਗੇ ਕੋਈ ਰਾਗੀ, ਕੋਈ ਢਾਡੀ, ਕੋਈ ਪ੍ਰਚਾਰਕ ਆਵੇ, ਗੱਲ ਤੇ ਸਾਡੇ ਕਰਮ ਸੁਧਰਨੇ ਚਾਹੀਦੇ ਆ, ਸਾਡਾ ਜੀਵਨ ਬਣਨਾ ਚਾਹੀਦਾ ਹੈ, ਸਾਡੇ ਗੁਣਾਂ 'ਚ ਵਾਧਾ ਹੋਣਾ ਚਾਹੀਦਾ ਹੈ, ਅਸੀਂ ਵੱਧ ਤੋਂ ਵੱਧ ਸਤ ਸੰਗਤ ਕਰਕੇ, ਸਤ ਸੰਗਤ ਇਹ ਚੰਗੇ ਚੰਗਾ ਖਜ਼ਾਨਾ ਆਪਣਾ ਜਮ੍ਹਾਂ ਕਰੀਏ। ਅਸੀਂ ਕੋਈ ਆਵੇ, ਅਸੀਂ ਇਸ ਗੱਲ ਨੂੰ ਨਹੀਂ ਵੇਖਣਾ। ਪਰ ਚਲੋ ਮਹਾਰਾਜ ਨੇ ਮਿਹਰ ਕੀਤੀ, ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਕੱਲ੍ਹ ਤੇ ਪਰਸੋਂ ਦੋਵੇਂ ਦਿਨ ਆਪ ਜੀ ਦੇ ਦਰਸ਼ਨ ਕਰਾਂਗੇ। ਵੱਧ ਚੜ੍ਹ ਕੇ ਸਾਰੀ ਸੰਗਤ ਨੇ ਜਿੱਥੋਂ ਜਿੱਥੋਂ ਆਪ ਆਉਣਾ ਹੈ, ਇਲਾਕੇ ਵਿੱਚੋਂ ਹੋਰਾਂ ਦੂਰੋਂ ਨੇੜਿਓਂ ਸੰਗਤ ਨੂੰ ਪ੍ਰੇਰ ਕੇ ਨਾਲ ਲੈ ਕੇ ਆਉਣਾ ਹੈ। ਅੱਜ ਪਹਿਲੇ ਦਿਨ ਵੀ ਸੰਗਤ ਬਹੁਤ ਹੈ, ਕੱਲ੍ਹ ਨੂੰ ਪੰਡਾਲ ਪੂਰਾ ਭਰੇਗਾ ਤੇ ਪਰਸੋਂ ਵਧਾ ਦਿੱਤਾ ਜਾਏਗਾ। ਵੱਧ ਚੜ੍ਹ ਕੇ ਸੰਗਤ ਨੂੰ ਨਾਲ ਲੈ ਕੇ ਆਓ, ਲਾਹੇ ਪ੍ਰਾਪਤ ਰਲ ਮਿਲ ਕੇ ਕਰੀਏ। ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਹੁੰਦੇ, ਸਤਿਗੁਰੂ ਜੀ ਨਿਜ ਅਸਥਾਨਾਂ ਵੱਲ ਨਹੀਂ ਜਾਂਦੇ, ਉਹਨਾਂ ਚਿਰ ਆਪਾਂ ਉੱਠ ਕੇ ਨਹੀਂ ਜਾਣਾ, ਕਾਲ ਨਹੀਂ ਕਰਨੀ। ਬਾਕੀ ਜਿਹੜੀ ਸੰਗਤ ਨੇ ਮੱਥਾ ਨਹੀਂ ਟੇਕਿਆ, ਪਿੱਛੇ ਬਹਿ ਗਏ ਸੀ, ਉਹ ਵਾਰੀ ਵਾਰੀ ਅੱਗੇ ਆਣ ਕੇ ਆਪਣੀ ਆਪਣੀ ਭੇਟਾ ਰੱਖਣ, ਮੱਥਾ ਟੇਕ ਲੈਣ। ਜਿੰਨੀ ਸੰਗਤ ਵਿੱਚ ਬਹਿ ਗਏ ਉਹ ਵੀ ਮੱਥਾ ਟੇਕ ਲੈਣਗੇ, ਆਨੰਦ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਨਮਸਕਾਰ ਕਰ ਲਓ, ਤੇ ਬਾਕੀ ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦ ਪਾਣੀ ਛਕ ਕੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਅੰਮ੍ਰਿਤ ਛਕਣ ਵਾਸਤੇ ਜ਼ਰੂਰ ਤਿਆਰ ਬਰ ਤਿਆਰ ਹੋਵੋ। ਸਿੰਘ ਸਜੋ, ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗੱਤ ਨਹੀਂ ਹੋ ਸਕਦੀ। ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਪੂਰਨੇ ਪਾਏ ਆ, ਬਾਬਾ ਅਮਰਦਾਸ ਜੀ ਗੁਰੂ ਵਾਲੇ ਬਣੇ ਤਾਂ ਜਾ ਕੇ ਕਿਰਪਾ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਤਾਂ ਸਾਧ ਸੰਗਤ ਜੀ ਉਹਨਾਂ ਨੇ ਸਾਡੇ ਲਈ ਪੂਰਨੇ ਪਾਏ ਆ। ਢਿੱਲ ਨਹੀਂ ਕਰਨੀ, ਵੱਧ ਤੋਂ ਵੱਧ ਸੰਗਤਾਂ ਨੇ ਮਨ ਬਣਾਉਣਾ ਹੈ, ਵੱਧ ਚੜ੍ਹ ਕੇ ਪਹੁੰਚ ਕੇ ਲਾਹੇ ਲੈਣੇ ਨੇ। ਗੱਜ ਕੇ ਸਾਰੀ ਸੰਗਤ ਹੁਣ ਆਨੰਦ ਸਾਹਿਬ 'ਚ ਬੋਲੋ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਆਓ ਸਾਰੀ ਸੰਗਤ ਗੱਜ ਕੇ ਬੋਲੋ। ਕੰਮ ਕਲੀ ਮੁਹੱਲਾ ਤੀਜਾ, ਆਨੰਦ ਕੁਵੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਛੇਤੀ ਰਾਗ ਰਤਨ ਪਰਵਾਰ ਪਰੀ ਸ਼ਬਦ ਗਾਵਣ ਆਈਆ ਸ਼ਬਦੋ ਸੰਸਾਰੋ ਹਰੀ ਤੇਰਾ ਹਰੀ ਨਾਨਕ ਆਨੰਦ ਹੋਵਨ ਸਤਿਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰ ਦੁੱਖ ਸਭ ਵਿਸਾਰਨਾ ਗੱਲਾਂ ਸੁਮਰਾ ਸੁਸਵਾਮੀ ਸੋਚ ਮਨ ਹੋ ਸਾਰੇ ਸਾਹਿਬਾ ਕਿਆ ਨਹੀਂ ਕਰਦੇ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਨਕ
सच्चे साहिब क्या नहीं करते वैसा जाना मेरा मन दे चढ़ती कला वास कैम हो जाए सारी संगत गज के जकारा लाओ बोल
ਗੁਰਬਰ ਅਕਾਲ ਦੇ ਗੁਰਬਰ ਅਕਾਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।